ਸ਼ਹਿਰ ਹੈ ਬਹੁਤ ਖੂਬਸੂਰਤ। ਕਹਿੰਦੇ ਜਦੋਂ ਭਰਿਆ ਗਿਆ ਰਗ ਰਗ ਚ ਪਾਰਾ, ਜਦੋਂ ਰੱਖਿਆ ਗਿਆ ਸੀਨੇ ਤੇ ਆਰਾ, ਜਦੋਂ ਲੁੱਟਿਆ ਗਿਆ ਭੰਗੋਰ ਸਾਰਾ, ਉਦੋਂ ਜਾਗੇ ਤਾਂ ਬੇਕਾਰ ਜਾਗੇ। ਸੋ ਅਸੀਂ ਲੁੱਟੇ ਜਾਣ ਤੋਂ ਪਹਿਲਾਂ ਜਾਗਣਾ ਤੇ ਹਲੂਣਾ ਹੈ। ਮੈਨੂੰ ਲੱਗਦਾ ਅਸੀਂ ਸਾਰਾ ਇਹ ਹਲੂਣਾ ਇਹਨਾਂ ਦਾ ਇਹ ਕਾਮਯਾਬ ਹੋਣਗੇ ਇਹਦੇ ਵਿੱਚ। ਤੇ ਅਗਲੇ ਬੁਲਾਰੇ ਉਹਨਾਂ ਦੇ ਨਾਲ ਮੈਂ ਥੋੜੀ ਜਾਣ ਪਹਿਚਾਣ ਕਰਵਾ ਦਿਆਂ। ਸ਼੍ਰੀ ਮਿੱਤਰ ਸਿੰਘ ਮੀਤ ਤੇ BA ਓਨਰਸ ਨੇ ਮੈਥ ਵਿਸ਼ੇ ਦੇ ਵਿੱਚ, ਗਣਿਤ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਤੇ ਗੋਲਡ ਮੈਡਲਿਸਟ ਨੇ ਇਸ ਵਿਸ਼ੇ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ LLB ਦੀ ਡਿਗਰੀ ਕੀਤੀ। ਸਾਹਿਤਕਾਰ ਨੇ, 3 ਕਹਾਣੀ ਸੰਗ੍ਰਹਿ ਨੇ ਇਹਨਾਂ ਦੇ, ਪੁਨਰਵਾਸ, ਰਾਮ ਤੇ ਠੋਸ ਸਬੂਤ, ਤੇ ਨਾਵਲ ਲਿਖੇ ਨੇ ਇਹਨਾਂ ਨੇ, ਅੱਗ ਦੇ ਬੀਜ, ਕਾਫਲਾ, ਤਫਤੀਸ਼, ਕਟਹਿਰਾ, ਸੁਧਾਰ ਘਰ ਤੇ ਕੌਰਵ ਸਭਾ। ਇਹਨਾਂ ਦੇ ਬਹੁਤ ਨਾਵਲ, ਤਫਤੀਸ਼ ਨਾਵਲ ਜਦੋਂ ਮੈਂ ਪੜ੍ਹਾਉਂਦੀ ਸੀ ਉਦੋਂ MA ਦੀ ਜਮਾਤ ਦੇ ਵਿੱਚ ਲੱਗਿਆ ਹੋਇਆ ਸੀ, ਤੇ ਹੋਰ ਵੀ ਨਾਵਲ ਮੇਰਾ ਖਿਆਲ ਕੌਰਵ ਸਭਾ ਵੀ MA ਦੇ ਵਿੱਚ ਸ਼ਾਇਦ ਲੱਗਿਆ ਰਿਹਾ ਹੈ ਪਹਿਲਾਂ। ਤੇ ਉਹ ਤੁਹਾਡੇ ਨਾਲ ਆ ਕੇ ਵਿਚਾਰਾਂ ਦੀ ਸਾਂਝ ਪਾਉਣਗੇ। ਕਾਨੂੰਨੀ ਮਾਹਰ ਨੇ, ਕਾਨੂੰਨ ਦੇ ਨੁਕਤੇ ਤੋਂ ਸਾਨੂੰ ਕੁਝ ਗੱਲਾਂ ਸਮਝਾਉਣਗੇ ਸ਼੍ਰੀ ਮਿੱਤਰ ਸਿੰਘ ਜੀ। ਦੋਸਤੋ, ਆਪਣੀ ਸਮੇਂ ਦੀ ਗੱਡੀ ਹੈ, 40 ਮਿੰਟ ਲੇਟ ਹੈ, ਇਸ ਲਈ ਸਮੇਂ ਦੀ ਸੀਮਾ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਸਟੇਜ ਦੀਆਂ ਉਪਚਾਰਕਤਾਵਾਂ ਹੁੰਦੀਆਂ ਨੇ ਉਹਨਾਂ ਨੂੰ ਛੱਡਦਾ ਹੋਇਆ ਗਦਰੀ ਬਾਬਿਆਂ ਦੀ ਇਸ ਧਰਤੀ ਅਤੇ ਪੰਜਾਬੀ ਮਾਂ ਦੇ ਜੋ ਤੁਸੀਂ ਵੱਡੇ ਪੁੱਤ ਹੋ ਉਹਨਾਂ ਨੂੰ ਆਪਣਾ ਸਿਰ ਝੁਕਾ ਕੇ ਆਪਣੀ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕਰਦਾ ਹੈ। ਪੰਜਾਬੀ ਸੂਬੇ ਨੂੰ ਸਥਾਪਿਤ ਹੋਇਆ 51 ਸਾਲ ਹੋ ਗਏ ਹੈ ਔਰ ਇਸ ਸੂਬੇ ਦੀ ਮੰਗ ਹੈ ਜਿਹੜੀ ਉਹ ਅਸੀਂ ਇਸੇ ਆਧਾਰ 'ਤੇ ਕੀਤੀ ਸੀ ਵੀ ਪੰਜਾਬੀ ਹੈ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਹੈ ਉਹਦਾ ਸਰਬ ਪੱਖੀ ਵਿਕਾਸ ਹੋਵੇਗਾ ਔਰ ਉਸ ਉਦੇਸ਼ ਨੂੰ ਲੈ ਕੇ ਇਸ ਭਾਸ਼ਾ ਦਾ ਸਰਬ ਪੱਖੀ ਵਿਕਾਸ ਹੋ ਸਕੇ ਪੰਜਾਬ ਸਰਕਾਰ ਨੇ 1967 ਦੇ ਵਿੱਚ ਇੱਕ ਰਾਜ ਭਾਸ਼ਾ ਐਕਟ ਦੀ ਜਿਹੜੀ ਸੀ ਉਹ ਪਾਸ ਕੀਤਾ, ਕਾਨੂੰਨ ਵੀ ਰਾਜ ਭਾਸ਼ਾ ਦਾ ਦਰਜਾ ਪੰਜਾਬੀ ਨੂੰ ਦਿੱਤਾ ਜਾਵੇ। ਹੁਣ 50 ਸਾਲ, ਅੱਧੀ ਸਦੀ ਛੋਟੀ ਨਹੀਂ ਹੁੰਦੀ ਕਿਸੇ ਵੀ ਕਾਰੋਬਾਰ ਨੂੰ, ਕਿਸੇ ਵੀ ਭਾਸ਼ਾ ਨੂੰ, ਕਿਸੇ ਵੀ ਵਪਾਰ ਨੂੰ ਖਤਮ ਕਰਨ ਦੇ ਵਿੱਚ ਜਾਂ ਉਸਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਵੱਡਾ ਸਮਾਂ ਹੁੰਦਾ ਹੈ। ਅੱਧੀ ਸਦੀ ਤੋਂ ਬਾਅਦ ਜਦੋਂ ਅਸੀਂ ਪਿੱਛੇ ਝਾਤ ਮਾਰਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬੀ ਸੂਬੇ ਦੇ ਵਿੱਚ ਪੰਜਾਬੀ ਦਾ ਕਿੰਨਾ ਕੁ ਵਿਕਾਸ ਹੋਇਆ, ਤਾਂ ਸਾਡਾ ਜਿਹੜਾ ਹੈਗਾ ਸਿਰਾ ਉਹ ਝੁਕਣ ਲੱਗਦਾ ਹੈ ਸ਼ਰਮ ਦੇ ਨਾਲ। ਅਸੀਂ ਦੇਖਦੇ ਹਾਂ ਵੀ ਜਿਹੜੀ ਪੰਜਾਬੀ ਹੈ ਉਹ ਸਰਕਾਰ, ਰੋਜ਼ਗਾਰ, ਵਪਾਰ ਅਤੇ ਪਰਿਵਾਰ, ਸਰਕਾਰ, ਰੋਜ਼ਗਾਰ, ਵਪਾਰ ਅਤੇ ਪਰਿਵਾਰ ਇਹ ਸਾਰਿਆਂ ਦੇ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ। ਅਸੀਂ ਬੜੀਆਂ ਬਹਿਸਾਂ ਕਰਦੇ ਹਾਂ, ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਸਰਗਰਮੀਆਂ, ਸਾਡੇ ਸਾਹਿਤਕਾਰ ਦੋਸਤ, ਵਿਦਵਾਨ ਪੰਜਾਬੀ ਦੇ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੀਆਂ ਬਹਿਸਾਂ ਹੁੰਦੀਆਂ ਕਿ ਅਸੀਂ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਕਿਉਂ ਗਾਇਬ ਹੋ ਰਹੀ ਹੈ ਪੰਜਾਬੀ, ਇਹਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਕਿਉਂ ਲੈ ਰਹੀ ਹੈ। ਪਰ ਅਫਸੋਸ ਹੁੰਦਾ
ਇਹਦੇ ਜਿਹੜੇ ਅਸਲੀ ਕਾਰਨ ਨੇ ਉਹਨਾਂ ਨੂੰ ਖੋਜਿਆ ਹੀ ਨਹੀਂ ਜਾਂਦਾ। ਇੱਕ ਸੈਂਟੀਮੈਂਟਲ ਜਿਹੜੀ ਹੈਗੀ ਹੈ ਭਾਸ਼ਣਬਾਜ਼ੀ ਹੈ ਉਹ ਹੋ ਜਾਂਦੀ ਹੈ। ਅੰਤਰਰਾਸ਼ਟਰੀ ਪੱਧਰ ਦੀਆਂ ਜੋ ਸਾਡੀਆਂ ਕਾਨਫਰੰਸਾਂ ਹੁੰਦੀਆਂ ਉੱਥੇ ਵੀ ਭਾਸ਼ਣਬਾਜ਼ੀ ਹੋ ਜਾਂਦੀ ਹੈ। ਯੂਨੀਵਰਸਿਟੀਆਂ ਦੇ ਵਿੱਚ ਵੀ ਅਸੀਂ ਬੜੇ ਦਾਅਵੇ ਕਰਦੇ ਹਾਂ ਕਿ ਅਸੀਂ ਪੰਜਾਬੀ ਦਾ ਬੜਾ ਵਿਕਾਸ ਕਰਦਾ ਹੈ। ਸਰਕਾਰ ਵੀ ਬੜੇ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬੀ ਨੂੰ ਉੱਚੀ ਕੋਟੀ 'ਚ ਲੈ ਗਏ ਹਾਂ, ਪਰ ਅਸਲ ਦੇ ਵਿੱਚ ਕੀ ਹੈ ਵੀ ਇਹ ਪੰਜਾਬੀ ਹੈ ਜਿਹੜੀ ਭਾਸ਼ਾ ਸਾਡੀ ਉਹ ਬਹੁਤ ਨਿਗਾਰ ਵੱਲ ਜਾ ਰਹੀ ਹੈ, ਖਾਸ ਕਰ ਪੰਜਾਬ ਦੇ ਵਿੱਚ। ਇੱਥੇ ਅਸੀਂ ਆਏ 6 ਦਿਨਾਂ ਤੋਂ, ਬੜੀ ਖੁਸ਼ੀ ਹੁੰਦੀ ਹੈ ਵੀ ਇੱਥੇ ਕਾਫੀ ਜਿਹੜੇ ਯਤਨ ਹੈ ਉਹ ਪੰਜਾਬੀ ਦੇ ਵਿਕਾਸ ਲਈ ਹੋ ਰਹੇ ਹੈ। ਤੁਸੀਂ 0 ਤੋਂ ਕੰਮ ਸ਼ੁਰੂ ਕੀਤਾ, ਜਿਵੇਂ ਇੱਥੇ ਆਉਂਦੇ ਹੋ ਕੋਈ ਕਹਿੰਦਾ ਮੈਂ $8 ਲੈ ਕੇ ਆਇਆ ਸੀ, ਕੋਈ ਕਹਿੰਦਾ ਮੈਂ $10 ਲੈ ਕੇ ਆਇਆ ਸੀ, ਉਹ ਸਾਰੇ ਡਾਲਰ ਵਾਲੇ 8, 10, 20 ਵਾਲੇ ਕਰੋੜਾਂ ਡਾਲਰਾਂ ਦੇ ਮਾਲਕ। ਤੁਸੀਂ 0 ਤੋਂ ਵਿਕਾਸ ਕਰਕੇ ਕਰੋੜਾਂ ਤੱਕ ਪਹੁੰਚੇ ਹੋ। ਪਰ ਉਲਟ ਜਿਹੜੀ ਪੰਜਾਬੀ ਹੈ ਸਾਡੀ ਪੰਜਾਬ ਦੇ ਵਿੱਚ, ਭਾਰਤੀ ਪੰਜਾਬ ਦੇ ਵਿੱਚ, ਉਹ 100 ਤੋਂ ਘੱਟ ਕੇ 0 ਵੱਲ ਨੂੰ ਆ ਰਹੀ ਹੈ। ਪਰ ਪੰਜਾਬੀ ਪੰਜਾਬ ਦੇ ਵਿੱਚ ਪ੍ਰਫੁੱਲਿਤ ਹੋਣੀ ਜ਼ਰੂਰੀ ਹੈ ਕਿਉਂਕਿ ਸਾਡਾ ਸਰੋਤ ਹੈ। ਸਾਨੂੰ ਇੱਥੇ ਪੰਜਾਬੀ ਦੇ ਵਿਕਸਿਤ ਹੋਣ 'ਤੇ ਖੁਸ਼ੀ ਬਹੁਤ ਹੈ, ਪਰ ਨਾਲ ਇਹ ਵੀ ਸਾਨੂੰ ਫਿਕਰ ਹੈ ਵੀ ਜੇ ਪੰਜਾਬੀ ਪੰਜਾਬ ਦੇ ਵਿੱਚੋਂ ਲੋਕ ਹੋ ਗਈ, ਜਿਹੜਾ ਸਾਡਾ ਸਰੋਤ ਹੈ, ਤਾਂ ਤੁਹਾਡੇ ਜਿਹੜੇ ਗਲੈਸ਼ੀਅਰ ਹੈ ਵੱਡੇ ਵੱਡੇ, ਤੁਹਾਡੇ ਦਰਿਆ ਨੇ ਜਿਹੜੇ ਪੰਜਾਬੀ ਦੇ, ਤੁਹਾਡੇ ਜਿਹੜੇ ਖੂਹਾਂ ਨੇ ਜਿਹਦੇ 'ਚੋਂ ਪਾਣੀ ਨਿਕਲਦਾ ਸਾਡਾ, ਇਹ ਸਾਰੇ ਸੁੱਕ ਜਾਣਗੇ। ਸਰੋਤ ਨੂੰ ਬਚਾਉਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਇਸ ਇਲਾਕੇ ਦੇ ਵਿੱਚ ਜਿੱਥੇ ਤੁਸੀਂ ਪ੍ਰਵਾਸ ਕਰਕੇ ਆਏ ਹੋ ਉੱਥੇ ਤੁਸੀਂ ਆਪਣੀ ਮਾਂ ਬੋਲੀ ਨੂੰ ਬਚਾ ਲਿਓ। ਤਾਂ ਇਸ ਨੂੰ ਪੰਜਾਬੀ ਅੰਗਰੇਜ਼ੀ ਕਿਉਂ ਸਾਡੇ ਪਰਿਵਾਰਾਂ ਦੇ ਵਿੱਚ ਹਾਵੀ ਹੋ ਰਹੀ ਹੈ, ਹਿੰਦੀ ਕਿਉਂ ਸਾਡੇ ਪਰਿਵਾਰਾਂ ਦੇ ਵਿੱਚ ਹਾਵੀ ਹੋ ਰਹੀ ਹੈ, ਕਿਉਂ ਸਾਡੇ ਬੱਚੇ ਅੰਗਰੇਜ਼ੀ ਹਿੰਦੀ ਬੋਲਣ ਲੱਗ ਗਏ ਹੈ, ਕਿਉਂ ਸਾਡੇ ਬੱਚੇ ਅੰਗਰੇਜ਼ੀ 'ਚ ਪੜ੍ਹਾਈ ਕਰਨਾ ਜ਼ਰੂਰੀ ਹੈ ਕਰਨ ਲੱਗ ਗਏ ਹੈ, ਇਹਦੀ ਗਹਿਰਾਈ ਵੱਲ ਹਾਲੇ ਤੱਕ ਕਦੇ ਵੀ ਕੋਈ ਅਧਿਐਨ ਨਹੀਂ ਹੋਇਆ। ਅਤੇ ਕਿਉਂ ਜਿਵੇਂ ਗੱਲ ਕਰੀਏ ਬੀਬੀ ਨੇ ਵੀ ਮੈਂ ਸਾਹਿਤ ਨਾਲ ਜੁੜਿਆ ਹੋਇਆ 40 ਸਾਲ ਤੋਂ, ਪੰਜਾਬੀ ਭਾਸ਼ਾ ਦਾ ਉਪਾਸ਼ਕ ਹੈ, ਚਾਹੁੰਦਾ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਵੇ, ਤਾਂ ਹੀ ਸਾਹਿਤ ਹੈ ਜਿਹੜਾ ਉਹ ਪੜ੍ਹਿਆ ਜਾਏਗਾ, ਨਹੀਂ ਤਾਂ ਸਾਹਿਤ ਦੀ ਗੱਲ ਕਰਨ ਵਾਲਾ, ਸਾਹਿਤ ਨੂੰ ਪੜ੍ਹਨ ਵਾਲਾ ਕੋਈ ਨਹੀਂ ਹੋਏਗਾ। ਜੇ ਸਰੋਤ ਹੈ ਸਾਹਿਤ ਦਾ ਭਾਸ਼ਾ, ਉਹ ਆਪਣਾ ਸੁੱਕ ਜਾਊਗਾ। ਮੇਰੀ ਵੀ ਚਿੰਤਾ ਸੀ, ਮੈਂ ਨਾਲ ਕਾਨੂੰਨ ਦਾ ਵੀ ਵਿਦਿਆਰਥੀ ਹਾਂ, ਮੈਨੂੰ ਇਹ ਲੱਗਿਆ ਵੀ ਜਿਹੜੀ ਪੰਜਾਬੀ ਭਾਸ਼ਾ ਦੀ ਦੁਰਗਤੀ ਹੋ ਰਹੀ ਹੈ ਉਹਦੇ ਪਿੱਛੇ ਕਾਨੂੰਨ ਹੈ, ਜਿਹੜਾ ਆਪਾਂ ਗੱਲ ਕਰਦੇ ਹਾਂ 1967 ਦਾ, ਜਿਹਦੇ ਕਰਕੇ ਸਰਦਾਰ ਲਕਸ਼ਮਣ ਸਿੰਘ ਗਿੱਲ ਹੋਰਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ, ਜਿੱਥੇ ਵੀ ਕਿਤੇ ਪੰਜਾਬੀ ਭਾਸ਼ਾ ਦੀ ਗੱਲ ਹੁੰਦੀ ਹੈ। ਹੋਰ ਉਹਦਾ ਕੋਈ ਕੰਮ ਯਾਦ ਨਹੀਂ, ਉਹਨਾਂ ਨੇ ਸਿਰਫ 8 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਦੀ ਸੇਵਾ ਨਿਭਾਈ, ਕੋਈ ਕੰਮ ਤੁਹਾਨੂੰ ਕੰਮ ਯਾਦ ਨਹੀਂ ਹੋਣਾ ਉਹਨਾਂ ਦਾ। ਪਰ ਪੰਜਾਬੀ ਦਾ ਇਹ ਕਾਨੂੰਨ ਬਣਾਇਆ, ਕਾਨੂੰਨ ਬਣਾਉਣਾ ਵੀ ਕੋਈ ਖਾਸ ਗੱਲ ਨਹੀਂ ਸੀ, ਆਪਾਂ ਗੱਲਾਂ ਕਰਾਂਗੇ ਕਾਨੂੰਨ ਦੇ ਵਿੱਚ ਬਹੁਤ ਸਾਰੇ ਨੁਕਸ ਉਹ ਵੀ ਛੱਡ ਗਏ, ਪਰ ਉਹਨਾਂ ਦੀ ਉਹ ਬੜਤਨ ਹੈ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਸੀ ਉਹਨਾਂ ਨੇ ਇਸ ਕਾਨੂੰਨ ਨੂੰ ਬਣਾਇਆ, ਇੱਕੋ ਦਿਨ 'ਚ ਬਣਾਇਆ, ਉਸੇ ਦਿਨ ਗਵਰਨਰ ਕੋਲ ਜਾ ਕੇ ਮਨਜ਼ੂਰੀ ਲਈ, ਅਗਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ 1 ਜਨਵਰੀ ਤੋਂ, 29 ਦਸੰਬਰ ਨੂੰ ਕਾਨੂੰਨ ਬਣਦਾ, 1 ਜਨਵਰੀ ਤੋਂ ਪੰਜਾਬੀ ਹੈ ਜਿਹੜੀ ਉਹ ਲਾਗੂ ਕਰਤੀ ਦਫ਼ਤਰਾਂ 'ਚ, ਔਰ 8 ਮਹੀਨੇ ਖੁੱਲ੍ਹ ਰਹੇ ਇਸ ਕਾਨੂੰਨ ਨੂੰ ਬਣਾਉਣ ਤੋਂ ਬਾਅਦ। ਕਿੰਨੀ ਦੇਰ ਉਹ ਮੁੱਖ ਮੰਤਰੀ ਰਹੇ, ਉਹਨਾਂ ਨੇ 1 ਵੀ ਜਿਹੜੀ ਫਾਈਲ ਹੈ ਉਹਦੇ 'ਤੇ ਦਸਤਖਤ ਨਹੀਂ ਕੀਤੇ ਜਿਹੜੀ ਪੰਜਾਬੀ 'ਚ ਨਹੀਂ ਹੈ। ਪਰ ਉਹ ਜਿਹੜਾ ਕਾਨੂੰਨ 1967 ਹੈ,
ਉਹਦੇ ਵਿੱਚ ਵੀ ਬਹੁਤ ਸਾਰੀਆਂ ਚੋਰ ਮੋਰੀਆਂ, ਜੋ ਅਸੀਂ ਕਾਨੂੰਨ ਦੀ ਗੱਲ ਕਰਦੇ ਤਾਂ ਅਸੀਂ ਕਹਿੰਦੇ ਚੋਰ ਮੋਰੀਆਂ ਨੇ ਕਾਨੂੰਨ ਦੇ ਵਿੱਚ, ਜਿਹਦੇ ਕਰਕੇ ਕਾਤਲ ਵੀ ਹੈ ਜਿਹੜੇ ਉਹ ਬਰੀ ਹੋ ਜਾਂਦੇ। ਇਸ ਕਾਨੂੰਨ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਚੋਰ ਮੋਰੀਆਂ ਉਹ ਛੱਡੀਆਂ ਗਈਆਂ, ਅਫਸਰਾਂ ਵੱਲੋਂ ਛੱਡੀਆਂ ਗਈਆਂ, ਜਾਂ ਸਾਡੇ ਜਿਹੜੇ ਵਿਧਾਨਕਾਰ ਨੇ MLA ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ, ਜਾਂ ਹੋਰ ਜਿਹੜੇ ਅਧਿਕਾਰੀ ਉਹਨਾਂ ਨੇ ਧਿਆਨ ਨਹੀਂ ਦਿੱਤਾ, ਜਾਂ ਉਸ ਤੋਂ ਬਾਅਦ 50 ਸਾਲ ਤੱਕ ਇਹਨਾਂ ਕਮਜ਼ੋਰੀਆਂ ਵੱਲ ਕਿਉਂ ਧਿਆਨ ਨਹੀਂ ਦਿੱਤਾ ਗਿਆ। ਇਹ ਜਿਹੜਾ ਸਾਡਾ ਮੇਰਾ ਵਿਸ਼ਾ ਹੈ ਉਹ ਇਹੀ ਹੈ ਵੀ ਜਿਹੜਾ ਵਿਧਾਨ, ਜਿਹੜਾ ਸਾਡਾ ਕਾਨੂੰਨ ਬਣਿਆ 1967 ਦਾ, ਜਿਹਦਾ ਉਦੇਸ਼ ਰਾਜ ਭਾਸ਼ਾ ਦਾ ਦਰਜਾ ਦੇਣਾ ਸੀ, ਕੀ ਉਹ ਉਸ ਦੇਸ਼ ਦੇ ਵਿੱਚ ਪੂਰਾ ਉਤਰਿਆ, ਕੀ ਉਹਦੇ ਵਿੱਚ ਕੋਈ ਖਾਮੀਆਂ ਨੇ, ਕਾਨੂੰਨ ਦੇ ਵਿੱਚ ਖਾਮੀਆਂ ਨੇ, ਜਾਂ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਖਾਮੀਆਂ ਨੇ, ਜਾਂ ਸਰਕਾਰਾਂ ਨੂੰ ਚੁਣਨ ਵਾਲੇ ਜਿਹੜੇ ਅਸੀਂ ਲੋਕ ਪੰਜਾਬੀ ਲੋਕ ਹਾਂ, ਵੋਟਰ ਹਾਂ ਭਾਰਤੀ ਪੰਜਾਬ ਦੇ, ਉਹਨਾਂ ਨੇ ਸਰਕਾਰ 'ਤੇ ਕੋਈ ਦਬਾਅ ਨਹੀਂ ਬਣਾਇਆ, ਇਸ ਕਰਕੇ ਅਸੀਂ ਜਿਹੜੀ ਪੰਜਾਬੀ ਦਾ ਜਿਹੜਾ ਵਿਕਾਸ ਆ ਨਹੀਂ ਹੋਇਆ, ਜਾਂ ਫਿਰ ਸਾਰੇ ਸੰਸਾਰ ਵਿੱਚ ਅਸੀਂ ਜੋ ਪੰਜਾਬੀ ਹੈ ਜਿਹਦੇ ਵਿੱਚ ਤੁਸੀਂ ਵੀ ਲੋਕ ਸ਼ਾਮਿਲ ਹੋ, ਉਹਨਾਂ ਨੇ ਜਿਨ੍ਹਾਂ ਨੂੰ ਮੈਂ ਪੰਜਾਬੀ ਮਾਂ ਦੇ ਵੱਡੇ ਪੁੱਤ ਸਮਝਦਾ, ਚਾਹੇ ਉਹ USA 'ਚ ਬੈਠੇ ਹੋਣ, ਚਾਹੇ ਆਸਟ੍ਰੇਲੀਆ 'ਚ ਬੈਠੇ ਹੋਣ, ਚਾਹੇ ਇੱਥੇ ਕੈਨੇਡਾ 'ਚ ਬੈਠੇ ਹੋਣ, ਕਿ ਪੰਜਾਬੀ ਮਾਂ ਦੇ ਵੱਡੇ ਪੁੱਤਾਂ ਨੇ ਵੀ ਆਪਣਾ ਫਰਜ਼ ਹੈ ਜਿਹੜਾ ਉਹ ਨਹੀਂ ਨਿਭਾਇਆ, ਪੰਜਾਬੀ ਮਾਂ ਦੇ ਲਈ ਬੇਰੁਖੀ ਅਪਣਾਈ ਰੱਖੀ। ਇਹ ਸਾਡੇ ਸਾਹਮਣੇ ਪ੍ਰਸ਼ਨ ਨੇ ਕਿ ਕਿਉਂ ਪੰਜਾਬੀ ਹੈ ਜਿਹੜੀ ਉਹ ਪਛੜ ਗਈ ਹੈ, ਔਰ ਕਿਉਂ ਉਹਦੀ ਥਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਲੈਂਦੀ ਜਾ ਰਹੀ ਹੈ ਘੱਟੋ ਘੱਟ ਸਾਡੇ ਭਾਰਤੀ ਪੰਜਾਬ ਦੇ ਵਿੱਚ। ਇਹ ਪ੍ਰਸ਼ਨ ਹੈ ਜਿਹੜੇ ਅੱਜ ਆਪਾਂ ਇਸ ਕਾਨੂੰਨ ਦੇ ਸੰਦਰਭ ਦੇ ਵਿੱਚ ਵਿਚਾਰਾਂਗੇ। ਟੇਬਲ ਸੀ ਥੋੜ੍ਹਾ ਜਿਹਾ ਪ੍ਰੋਬਲਮ ਹੈ, ਸੋਰੀ ਮੇਰੀ ਖੜਿਆ ਨਹੀਂ ਜਾਂਦਾ ਜ਼ਿਆਦਾ, ਮੰਗਵਾਇਆ ਸੀ। ਠੀਕ ਹੈ, ਥੈਂਕ ਯੂ। ਇਹ ਸ਼ੁਰੂ ਕਰੀਏ ਗੱਲ ਪੰਜਾਬ ਰਾਜ ਭਾਸ਼ਾ ਐਕਟ ਦੀ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਰਾਜ ਭਾਸ਼ਾ ਹੁੰਦੀ ਕੀ ਹੈ। ਕਦੋਂ ਕਿਸੇ ਭਾਸ਼ਾ ਨੂੰ ਅਸੀਂ ਸਮਝਦੇ ਹਾਂ ਵੀ ਇਹਨੂੰ ਸਹੀ ਮਾਇਨਿਆਂ ਦੇ ਵਿੱਚ ਰਾਜ ਭਾਸ਼ਾ ਦਾ ਦਰਜਾ ਮਿਲ ਗਿਆ, ਤਾਂ ਸਾਨੂੰ ਪਤਾ ਸਾਰੇ ਤੁਸੀਂ ਪੜ੍ਹੇ ਲਿਖੇ ਹੋ ਵੀ ਇੱਕ ਸਰਕਾਰ ਹੈ ਜਿਹੜੀ ਉਹ 3 ਵਿਵਸਥਾਵਾਂ ਉਹਨੇ ਸਥਾਪਿਤ ਕੀਤੀਆਂ ਹੁੰਦੀਆਂ ਨੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਨੂੰ ਦੇਣ ਲਈ। ਪਹਿਲੀ ਜਿਹੜੀ ਸੰਸਥਾ ਹੈ ਉਹ ਵਿਧਾਨ ਸਭਾ ਹੈ। ਜਿਹੜੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਦੇ ਹੈ ਔਰ ਕਾਨੂੰਨ ਲੋਕਾਂ ਦੇ ਹੱਕਾਂ ਲਈ ਬਣਦੇ ਹੈ। ਦੂਜੀ ਹੁੰਦੀ ਹੈ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਣੀਆਂ ਹੋਈਆਂ ਨਿਆਂਪਾਲਿਕਾਵਾਂ, ਅਤੇ ਤੀਸਰੀ ਸੰਸਥਾ ਹੈ ਪ੍ਰਸ਼ਾਸਨਿਕ ਦਫ਼ਤਰ ਜਿਹੜੇ ਲੋਕਾਂ ਨੂੰ ਸਿੱਧੇ ਲੋਕਾਂ ਨਾਲ ਸੰਚਾਰ ਕਰਦੇ ਹੈ, ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਦੇ ਹੈ। ਤੁਹਾਨੂੰ ਜਨਮ ਸਰਟੀਫਿਕੇਟ ਦੀ ਲੋੜ ਹੈ, ਵਿਆਹ ਹੋ ਗਿਆ ਵਿਆਹ ਸਰਟੀਫਿਕੇਟ ਦੀ ਲੋੜ ਹੈ, ਤੁਹਾਡੇ ਮੌਤ ਹੋ ਗਈ ਕਿਸੇ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ, RC ਚਾਹੀਦੀ ਹੈ, ਤੁਹਾਡੇ ਬਿਜਲੀ ਬੋਰਡ ਦੇ ਜਿਹੜੇ ਬਿੱਲ ਹੈ ਉਹ ਚਾਹੀਦੀ ਹੈ। ਉਹ ਸਾਰੇ ਪ੍ਰਸ਼ਾਸਨਿਕ ਜਿਹੜੇ ਦਫ਼ਤਰ ਹੈ, ਸਕੂਲ ਨੇ ਕਾਲਜ ਨੇ, ਉਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਦੇ ਪ੍ਰਸ਼ਾਸਨਿਕ ਸਰਕਾਰ ਦੇ ਖੇਤਰ ਦੇ ਵਿੱਚ ਆਉਂਦੀ ਹੈ। ਕਿਸੇ ਰਾਜ ਭਾਸ਼ਾ ਨੂੰ ਉਦੋਂ ਹੀ ਰਾਜ ਭਾਸ਼ਾ ਸਹੀ ਮਾਇਨਿਆਂ 'ਚ ਮੰਨਿਆ ਜਾਂਦਾ ਜਦੋਂ ਇਹਨਾਂ ਤਿੰਨਾਂ ਵਿਵਸਥਾਵਾਂ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਪੂਰੀ ਤਰ੍ਹਾਂ ਨਾਲ ਹਰ ਕੰਮ ਕਾਜ ਦੇ ਵਿੱਚ ਅਪਣਾ ਲਈ ਜਾਂਦੀ ਹੈ। ਇਹ ਰਾਜ ਭਾਸ਼ਾ ਹੈ। ਹੁਣ ਆਪਾਂ ਦੇਖਦੇ ਹਾਂ ਜਿਹੜਾ ਕਾਨੂੰਨ ਬਣਿਆ ਉਹਨੇ ਇਸ ਰਾਜ ਭਾਸ਼ਾ ਦੀ ਇਸ ਪਰਿਭਾਸ਼ਾ ਨੂੰ ਕਿੰਨਾ ਕੁ ਲਾਗੂ ਕੀਤਾ।
ਸਭ ਤੋਂ ਮੈਂ ਪਹਿਲਾਂ ਗੱਲ ਕਰਦਾ ਵੀ ਪੰਜਾਬ ਵਿਧਾਨ ਸਭਾ ਵਿੱਚ, ਕਿਉਂਕਿ ਬੇਸਿਕ ਜਿਹੜੀ ਗੱਲ ਮੈਂ ਸਮਝਦਾ ਉਹ ਕਾਨੂੰਨ ਤੋਂ ਹੈ। ਜੇ ਕਾਨੂੰਨ ਬਣ ਲੱਗਣਗੇ ਪੰਜਾਬੀ ਦੇ ਵਿੱਚ ਤਾਂ ਹੀ ਜਿਹੜੀ ਤੁਹਾਨੂੰ ਹੱਕਾਂ ਦੀ ਰਾਖੀ ਤਾਂ ਹੀ ਹੋਏਗੀ। ਤਾਂ ਪੰਜਾਬ ਵਿਧਾਨ ਸਭਾ ਜਿਹੜੀ ਸਾਡੀ ਉਹਦੇ ਵਿੱਚ ਕਿੰਨੀ ਕੁ ਪੰਜਾਬੀ ਹੈ ਜਿਹੜੀ ਉਹ ਲਾਗੂ ਹੋਈ ਹੈ, ਔਰ ਇਸ ਐਕਟ ਦੀਆਂ ਵਿਵਸਥਾਵਾਂ ਕੀ ਕਹਿੰਦੀਆਂ, ਯਥਾਰਥ ਕੀ ਹੈ, ਇਹਦੇ ਲਈ ਆਪਾਂ ਪਹਿਲਾਂ ਥੋੜ੍ਹਾ ਜਿਹਾ ਦੇਖ ਲਈਏ। ਕਾਨੂੰਨ ਹੈ ਜਿਹੜਾ ਉਹ ਮੈਂ ਇੰਗਲਿਸ਼ 'ਚ ਲਿਖਿਆ, ਉਹ ਤੁਹਾਨੂੰ ਬਹੁਤਾ ਪੜ੍ਹਨ ਦੀ ਲੋੜ ਨਹੀਂ, ਦੇਖਣ ਦੀ ਲੋੜ ਨਹੀਂ ਹੈ। ਮੇਰੀ ਮਜਬੂਰੀ ਇਹ ਰਹੀ, ਔਰ ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ, ਮੈਂ ਅੰਗਰੇਜ਼ੀ 'ਚ ਕਿਉਂ ਲਿਖੀ ਤੁਸੀਂ ਸਵਾਲ ਕਰੋਗੇ। ਇਹ ਸਾਡੀ ਮਾਤ ਭਾਸ਼ਾ ਦਾ ਦੁਖਾਂਤ ਹੈ, ਸਾਡੇ ਵਿਦਵਾਨਾਂ ਦਾ ਦੁਖਾਂਤ ਹੈ, ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵਿਦਵਾਨ ਵੱਡੇ ਵੱਡੇ ਲੱਖਾਂ ਰੁਪਏ ਦੀ ਸਾਲ ਤਨਖਾਹ ਲੈਂਦੇ ਆ, ਉਹਨਾਂ ਦਾ ਨਲਾਇਕੀ ਹੈ ਵੀ ਅੱਜ ਤੱਕ ਪੰਜਾਬ ਦਾ ਰਾਜ ਭਾਸ਼ਾ ਐਕਟ 1967 ਜਿਹੜਾ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੰਦਾ, ਉਹ ਇਟ ਸੈਲਫ ਹੈ ਜਿਹੜਾ ਉਹ ਖੁਦ ਹੈ ਜਿਹੜਾ ਕਾਨੂੰਨ ਹੈ ਉਹ ਹਲੇ ਤੱਕ ਪੰਜਾਬੀ 'ਚ ਪ੍ਰਮਾਣਿਤ ਤੌਰ 'ਤੇ ਅਨੁਵਾਦ ਨਹੀਂ। ਇਹ ਸਾਡੀ ਭਾਸ਼ਾ ਦਾ ਦੁਖਾਂਤ ਹੈ। ਕਈ ਫਿਰਦੇ ਆ ਬਾਜ਼ਾਰਾਂ ਦੇ ਵਿੱਚ ਇਹਦੇ ਅਨੁਵਾਦ, ਔਰ ਉਹ ਪ੍ਰਮਾਣਿਤ ਨਹੀਂ ਹੈ। ਪ੍ਰਮਾਣਿਤ ਅਨੁਵਾਦ ਉਦੋਂ ਹੁੰਦੇ ਆ ਜਦੋਂ ਸਰਕਾਰ ਉਹਨੂੰ ਆਪਣੇ ਗਜਟ 'ਚ ਛਾਪਦੀ ਹੈ। ਸਾਡਾ ਇਸ ਐਕਟ ਦਾ 51 ਸਾਲ ਤੱਕ ਹੋ ਗਏ ਹੈ, ਹਲੇ ਤੱਕ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਸਾਡਾ ਇਹ ਕਾਨੂੰਨ ਅਵੇਲੇਬਲ ਨਹੀਂ ਹੈ। ਇਸ ਲਈ ਮੈਨੂੰ ਇਹ ਜਿਹੜੀਆਂ ਦਫਾਵਾਂ ਨੇ, ਧਾਰਾਵਾਂ ਨੇ, ਜਿਹੜੀਆਂ ਵਿਵਸਥਾਵਾਂ ਹੈ ਕਾਨੂੰਨ ਦੀਆਂ, ਉਹ ਅੰਗਰੇਜ਼ੀ 'ਚ ਹੀ ਲਿਖਣੀਆਂ ਪੈ ਰਹੀਆਂ, ਇਹ ਮੇਰੀ ਮਜਬੂਰੀ ਹੈ। ਇਹਦੇ ਵਿੱਚ ਜਿਹੜੀ ਪਹਿਲੀ ਹੈ, ਨਵੇਂ ਕਾਨੂੰਨ ਬਣਾਉਣਾ ਵਿਧਾਨ ਸਭਾ ਦਾ ਕੰਮ ਹੁੰਦਾ, ਇਹਦੇ ਲਈ ਵਿਵਸਥਾ ਕੀਤੀ ਹੈ ਕਾਨੂੰਨ ਨੇ 1967 ਦੇ ਵਿੱਚ ਸਰਦਾਰ ਲਛਮਣ ਸਿੰਘ ਲਾਹੌਰਾਂ ਦੇ ਕਾਨੂੰਨ ਨੇ, ਉਹਦੇ 'ਚ ਉਹਨਾਂ ਨੇ ਲਿਖਿਆ ਵੀ ਅਸੀਂ ਪੰਜਾਬੀ ਦੇ ਵਿੱਚ ਕਾਨੂੰਨ ਬਣਾਉਣੇ ਸ਼ੁਰੂ ਕਰਾਂਗੇ। ਨਾਲ ਇੱਕ ਚੋਰ ਮੋਰੀ ਰੱਖਤੀ ਵੀ ਕਦੋਂ ਕਰਾਂਗੇ, ਉਹਦੇ ਲਈ ਜਿਹੜੀ ਇੱਕ ਡੇਟ ਹੈ ਉਹ ਅਸੀਂ ਇੱਕ ਨੋਟੀਫਿਕੇਸ਼ਨ ਰਾਹੀਂ ਦੱਸਾਂਗੇ, ਤੁਹਾਨੂੰ ਹੁਕਮ ਜਾਰੀ ਕਰਾਂਗੇ। ਉੱਧਰ ਤੋਂ ਕਾਨੂੰਨ ਹੈ ਜਿਹੜੇ ਉਹ ਪੰਜਾਬੀ ਦੇ ਵਿੱਚ ਬਣਨ ਲੱਗਣਗੇ। ਹੁਣ ਇਹ ਦੇਖ ਲਓ ਆਹ ਪਿਆ ਇਹਦੇ ਵਿੱਚ ਜਿਹੜੀ ਮੈਂ ਰੈਡ ਕੀਤੀ ਹੈ, ਔਨ ਐਂਡ ਫਰੋਮ ਸੱਚ ਡੇਟ ਐਜ ਦੀ ਸਟੇਟ ਗੌਰਮੈਂਟ ਮੇ ਨੋਟੀਫਾਈ, ਨੋਟੀਫਿਕੇਸ਼ਨ ਜਾਰੀ ਕਰਾਂਗੇ ਫਿਰ ਪੰਜਾਬੀ 'ਚ ਕਾਨੂੰਨ ਬਣ ਲੱਗਣਗੇ। ਸਾਡਾ ਦੁਖਾਂਤ ਹੈ ਪੰਜਾਬੀਆਂ ਦਾ, ਇਹ ਨੋਟੀਫਿਕੇਸ਼ਨ 50.5 ਸਾਲ ਹੋ ਗਏ ਹਲੇ ਤੱਕ ਜਾਰੀ ਨਹੀਂ ਹੋਇਆ। ਅਸੀਂ ਹੋਰ ਭਾਸ਼ਣਾਂ ਨਾਲ ਨਹੀਂ ਪੰਜਾਬੀ ਨੂੰ ਬਚਾ ਸਕਦੇ, ਅਸੀਂ ਨਾਰਿਆਂ ਨਾਲ ਕਵਿਤਾਵਾਂ ਨਾਲ ਨਹੀਂ ਪੰਜਾਬੀ ਨੂੰ ਬਚਾ ਸਕਦੇ, ਸਾਨੂੰ ਜੜ 'ਚ ਜਾਣਾ ਪੈਣਾ। ਜੜ ਤੁਹਾਡੀ ਆਹ ਹੈ, ਕਾਨੂੰਨ ਬਣ ਗਿਆ 1967 ਦਾ, ਲਾਗੂ ਨਹੀਂ ਹੋ ਰਿਹਾ, ਔਰ ਲਾਗੂ ਕਰਾਉਣ ਲਈ ਕਿਸੇ ਨੇ ਅੱਜ ਤੱਕ ਕਿਸੇ ਅਦਾਰੇ ਨੇ ਇਹਦੀ ਆਵਾਜ਼ ਨਹੀਂ ਉਠਾਈ। ਆਵਾਜ਼ ਤਾਂ ਕੀ ਉਠਾਉਣੀ ਹੈ, ਮੈਂ 3 ਸਾਲ ਤੋਂ ਇਸ ਕਾਨੂੰਨ ਦੀ ਸਰਚ ਕਰਕੇ ਲਿਖ ਰਿਹਾ, ਆਰਟੀਕਲ ਛਾਪ ਰਿਹਾ, ਵਾਰ ਵਾਰ ਬੋਲਦਾ। ਜਿਹੜੇ ਸਾਡੇ ਵੱਡੀਆਂ ਵੱਡੀਆਂ ਸਮਾਗਮ ਕਰਦੇ ਆ ਵਿਦਵਾਨ, ਉਹ ਕਦੇ ਡਰਦੇ ਵਾਲੇ ਨੂੰ ਟੱਚ ਨਹੀਂ ਕਰਦੇ। ਮੈਂ ਇਹਨਾਂ ਨੂੰ ਕਿਹਾ ਜੇ ਤੁਹਾਨੂੰ ਲੱਗਦਾ ਵੀ ਮਿੰਤਰ ਸਾਹਿਬ ਮੀਤ ਨੇ ਨਵਾਂ ਆਈਡੀਆ ਦਿੱਤਾ, ਤੁਸੀਂ ਖੁਦ ਲੈ ਕੇ ਕਰ ਲਓ, ਆਪਣੇ ਵਿਦਵਾਨਾਂ ਤੋਂ ਗੱਲ ਕਰ ਲਓ, ਚੱਲ ਚਰਚਾ ਤਾਂ ਕਰੋ। ਇਹ ਸਥਿਤੀ ਹੈ ਸਾਡੀ ਵੀ ਨਵੇਂ ਕਾਨੂੰਨ ਹੈ ਜਿਹੜੇ ਉਹ ਪੰਜਾਬੀ 'ਚ ਬਣਨੇ ਸ਼ੁਰੂ ਨਹੀਂ ਹੋਏ। ਹੁਣ ਕਾਨੂੰਨ ਕਿਉਂ ਮਾਤ ਭਾਸ਼ਾ ਜ਼ਰੂਰੀ ਨੇ, ਸੰਖੇਪ ਜਿਹੀਆਂ ਗੱਲਾਂ, ਥੋੜ੍ਹਾ ਜਿਹਾ ਟਾਈਮ ਦੇਖਦਾ ਮੈਂ 40 ਮਿੰਟ 'ਚ ਮਕਾਊਂਗਾ, ਪਰ ਜ਼ਰੂਰੀ ਗੱਲਾਂ ਕਰਨੀਆਂ ਵੀ ਬਣਦੀਆਂ ਨੇ। ਤਾਂ ਕਾਨੂੰਨ ਪੰਜਾਬੀ 'ਚ ਮਾਤ ਭਾਸ਼ਾ 'ਚ ਇਸ ਲਈ ਬਣਦੇ ਹੈ, ਇਹਦੇ ਦੋ ਉਦੇਸ਼ ਹੁੰਦੇ ਹੈ। ਪਹਿਲਾ ਉਦੇਸ਼ ਹੁੰਦਾ ਵੀ ਜਿਹੜੇ ਆਮ ਲੋਕ ਹੈ ਜੇ ਉਹਨਾਂ ਨੂੰ ਕਾਨੂੰਨ ਦੀ ਲੋੜ ਪੈ ਜੇ
ਤਾਂ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਕਾਨੂੰਨ ਆ ਜਿਹੜਾ ਉਹ ਮਿਲੇ। ਤੁਹਾਡਾ ਤੁਸੀਂ ਕਿਰਾਏਦਾਰ ਹੋ, ਮਕਾਨ ਮਾਲਕ ਨਾਲ ਝਗੜਾ ਹੋਣ ਵਾਲਾ, ਤੁਸੀਂ ਜ਼ਮੀਨ ਦੇ ਮਾਲਕ ਹੋ, ਤੁਹਾਡੀ ਜਿਹੜਾ ਤੁਹਾਡਾ ਕਾਸ਼ਤਕਾਰ ਆ ਉਹ ਛੱਡ ਨਹੀਂ ਲੱਗਿਆ ਜ਼ਮੀਨ ਨੂੰ, ਤਾਂ ਤੁਹਾਨੂੰ ਲੱਗੇ ਵੀ ਹਾਂ ਇਹ ਕਾਨੂੰਨ ਦੀ ਮੈਨੂੰ ਲੋੜ ਪੈਣੀ ਹੈ, ਮੈਂ ਦੇਖਾਂ ਮੇਰੇ ਅਧਿਕਾਰ ਕਿੰਨੇ ਹੈ। ਤੁਹਾਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਕਾਨੂੰਨ ਮਿਲੇ ਪੜ੍ਹਨ ਨੂੰ, ਪਹਿਲੀ ਲੋੜ ਇਹ ਹੁੰਦੀ ਹੈ। ਦੂਜੀ ਲੋੜ ਹੈ ਸਾਨੂੰ ਜਦੋਂ ਅਸੀਂ ਅਦਾਲਤਾਂ ਦੇ ਵਿੱਚ ਇਨਸਾਫ਼ ਲਈ ਪੰਜਾਬੀ ਲਾਗੂ ਕਰਨੀ ਹੈ ਤਾਂ ਸਾਨੂੰ ਉਹਦੀ ਸਮੱਗਰੀ ਚਾਹੀਦੀ ਹੈ। ਪਹਿਲੀ ਸਮੱਗਰੀ ਹੈ ਜਿਹੜੀ ਉਹ ਕਾਨੂੰਨ ਹੁੰਦਾ ਉਹ ਸਾਨੂੰ ਉਸ ਭਾਸ਼ਾ ਦੇ ਵਿੱਚ ਹੋਣਾ ਜ਼ਰੂਰੀ ਹੈ। ਅਤੇ ਹੁਣ ਸਾਡੇ ਕੋਲ ਨਾ ਲੋਕਾਂ ਨੂੰ ਕਾਨੂੰਨ ਦੀ ਜਾਣਕਾਰੀ ਦੇਣ ਲਈ ਕਾਨੂੰਨ ਪੰਜਾਬੀ 'ਚ ਬਣਦੇ ਹੈ ਅਤੇ ਨਾ ਅਸੀਂ ਸਮੱਗਰੀ ਹੈ ਜਿਹੜੀ ਅਦਾਲਤਾਂ ਦੀ ਉਹਦੇ ਲਈ ਸਮੱਗਰੀ ਤਿਆਰ ਕਰਦੇ ਹਾਂ। ਇਹ ਸਾਡਾ ਪਹਿਲਾ ਦੁਖਾਂਤ ਹੈ, ਪੰਜਾਬੀ ਦਾ ਇਹ ਦੁਖਾਂਤ ਹੈ ਕਿ ਸਾਡੇ ਆਪਣੀ ਮਾਤ ਭਾਸ਼ਾ ਦੇ ਵਿੱਚ 50 ਸਾਲ ਦੇ ਬਾਵਜੂਦ ਵੀ ਇਹ ਜਿਹੜਾ ਕਾਨੂੰਨ ਹੈ ਫਲ ਨਹੀਂ ਲੱਗਿਆ। ਹੁਣ ਦੂਜਾ ਕੰਮ ਕੀ ਹੁੰਦਾ ਹੈ, ਅਸੀਂ ਪੰਜਾਬੀ ਲਾਗੂ ਕਰਨੀ ਹੈ ਅਦਾਲਤਾਂ 'ਚ। ਕਈ ਵਾਰ ਅਸੀਂ ਵੱਡੇ ਵੱਡੇ ਸਮਾਗਮਾਂ 'ਚ ਮੈਂ ਵੀ ਸ਼ਾਮਲ ਹੁੰਦਾ, ਅਸੀਂ ਦੋਸ਼ ਦੇਣ ਲੱਗ ਜਾਂਦੇ ਹਾਂ ਵੀ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਖਿਲਾਫ਼ ਹੈ ਅਤੇ ਸਾਨੂੰ ਜਿਹੜੀ ਹੈਗੀ ਪੰਜਾਬੀ ਜੇ ਉੜਕੇ ਅਡਾਉਂਦੀ ਹੈ। ਵੱਡੇ ਵੱਡੇ ਵਿਦਵਾਨ ਕਹਿ ਰਹੇ ਕਿ ਮੈਂ ਉਹਨਾਂ ਨੂੰ ਹਮੇਸ਼ਾ ਪੁੱਛਦਾ ਵੀ ਉਹ ਕਿਹੜੇ ਡਿੱਕੇ ਹੈ, ਕਦੇ ਦੱਸੋ ਤਾਂ ਸਹੀ ਜਿਹੜੀ ਮੇਰੀ ਸਟੱਡੀ ਹੈ। ਔਰ ਇੱਥੇ ਵੀ ਮੈਂ ਕਹਿਣਾ ਜੇ ਕਿਸੇ ਦੇ ਵਿਦਵਾਨ ਦੇ ਨੌਲੇਜ ਹੈ ਤਾਂ ਮੇਰੇ ਨਾਲ ਸਾਂਝੀ ਕਰੇ, ਕੇਂਦਰ ਸਰਕਾਰ ਦਾ ਕੋਈ ਕਾਨੂੰਨ ਜਾਂ ਸਾਡਾ ਸੰਵਿਧਾਨ ਕਿਤੇ ਵੀ ਕੋਈ ਰੋੜਾ ਨਹੀਂ ਅਟਕਾਉਂਦਾ ਹਾਈ ਕੋਰਟ ਤੱਕ ਪੰਜਾਬੀ ਲਾਗੂ ਕਰਨ ਲਈ ਅਦਾਲਤਾਂ ਦੇ ਵਿੱਚ, ਬਲਕਿ ਉਤਸ਼ਾਹਿਤ ਕਰਦਾ। ਕਾਨੂੰਨ ਕਿਵੇਂ ਕਰਦਾ, ਜਿਹੜੇ ਨਵੇਂ ਕਾਨੂੰਨ ਦੀ ਵਿਵਸਥਾ ਅਸੀਂ ਕਰ ਲਈ ਵੀ ਅਸੀਂ ਅੱਗੇ ਤੋਂ ਨਵੇਂ ਕਾਨੂੰਨ ਪੰਜਾਬੀ 'ਚ ਬਣਾਵਾਂਗੇ, ਨਾਲ ਹੀ ਜਿਹੜੇ ਪੁਰਾਣੇ ਕਾਨੂੰਨ ਹੈ ਜਿਹੜੇ 1836 ਤੋਂ ਬਣੇ ਹੋਏ ਹੈ ਜਿਹੜੇ ਸਾਰੇ ਪੰਜਾਬ ਦੇ ਵਿੱਚ ਲਾਗੂ ਹੈ ਉਹ ਵੀ ਅਨੁਵਾਦ ਹੋਣੇ ਚਾਹੀਦੇ ਹੈ। ਔਰ ਉਹਦੀ ਵਿਵਸਥਾ ਕਾਨੂੰਨ 'ਚ ਹੋਗੀ ਵੀ ਅਸੀਂ ਪੁਰਾਣੇ ਕਾਨੂੰਨ ਹੈ ਜਿਹੜੇ ਉਹ ਵੀ ਅਨੁਵਾਦ ਕਰਾਂਗੇ ਔਰ ਉਹਨਾਂ ਨੂੰ ਗਜ਼ਟ ਛਾਪਾਂਗੇ ਪੰਜਾਬੀਆਂ ਨੂੰ, ਪੰਜਾਬੀ ਅਨੁਵਾਦਾਂ ਨੂੰ। ਉਹਦੇ ਲਈ ਕੇਂਦਰ ਸਰਕਾਰ ਨੇ ਇੱਕ ਸਕੀਮ ਦਿੱਤੀ ਹੈ ਵੀ ਤੁਸੀਂ ਆਪਣੇ ਆਪਣੇ ਪ੍ਰਾਂਤ ਦੇ ਵਿੱਚ ਕਮਿਸ਼ਨ ਬਣਾਓ ਔਰ ਉਹਨਾਂ ਕਮਿਸ਼ਨਾਂ ਦੀ ਡਿਊਟੀ ਕੇਵਲ ਪੁਰਾਣੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਅਨੁਵਾਦ ਕਰਨਾ ਹੋਵੇ। ਔਰ ਇਹ ਵੀ ਕਿਹਾ ਕੇਂਦਰ ਸਰਕਾਰ ਨੇ ਵੀ ਉਹਦੇ ਲਈ ਜਿੰਨਾ ਅਨੁਵਾਦ ਦਾ ਖਰਚਾ ਉਹ ਅਸੀਂ ਦੇਵਾਂਗੇ, ਕੇਂਦਰ ਸਰਕਾਰ ਦੇਵੇਗੀ, ਅਤੇ ਜਿਹੜਾ ਉਹਦੀ ਪ੍ਰਕਾਸ਼ਨਾਂ ਦਾ ਖਰਚਾ ਉਹਦੀ ਪ੍ਰਿੰਟਿੰਗ ਦਾ ਖਰਚਾ ਉਹ ਸਾਰਾ ਕੇਂਦਰ ਸਰਕਾਰ ਦੇਊਗੀ। ਤਾਂ ਹੁਣ ਸਾਡੇ ਵਿਵਸਥਾ ਹੋ ਗਈ, ਇੱਕ ਨੋਟੀਫਿਕੇਸ਼ਨ ਵੀ ਹੋ ਗਈ 1980 'ਚ ਵੀ ਅਸੀਂ ਕਰਾਂਗੇ ਪੰਜਾਬ ਗੌਰਮੈਂਟ, ਕਮਿਸ਼ਨ ਵੀ ਬਣ ਗਿਆ। ਪਰ ਉਸ ਕਮਿਸ਼ਨ ਦੇ ਵਿੱਚ ਅੱਜ 4 ਬੰਦੇ ਹੈ, ਇੱਕ ਕਮਿਸ਼ਨ ਦਾ ਮੈਂਬਰ ਹੈ, 3 ਹੈ ਨਹੀਂ, ਇੱਕ ਉੱਥੇ ਗਜ਼ਟਡ ਅਫਸਰ ਹੈ, ਇੱਕ ਪ੍ਰੂਫ ਰੀਡਰ ਹੈ ਜਿਹਦੀ ਡਿਊਟੀ ਅਨੁਵਾਦ ਕਰਨਾ, ਇੱਕ ਚੌਕੀਦਾਰ ਹੈ। ਅੱਜ ਤੁਸੀਂ ਨੈੱਟ ਖੋਲ ਕੇ ਦੇਖ ਲਓ ਉਹਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਪੰਜਾਬ ਗੌਰਮੈਂਟ ਨੇ 4 ਮੁਲਾਜ਼ਮ ਹੈ ਔਰ ਉਹਨਾਂ ਦੀ ਤਨਖਾਹ ਹੈ 3,72,000 ਰੁਪਈਆ। ਕੰਮ ਕਿੰਨਾ ਕਰਦੀ ਹੈ, ਮੈਂ RTI ਸਾਰੀ ਇਨਫੋਰਮੇਸ਼ਨ ਲਈ ਹੈ, ਪਿਛਲੇ 10 ਸਾਲਾਂ 'ਚ ਉਹਨਾਂ ਨੇ ਕੇਵਲ 9 ਐਕਟ ਕਾਨੂੰਨ ਆ ਜਿਹੜੇ ਉਹ ਅਨੁਵਾਦ ਕੀਤੇ ਹੈ ਔਰ ਉਹ 9 ਕਾਨੂੰਨਾਂ ਦੇ ਪੇਜ ਕਿੰਨੇ ਹੈ, ਕਿਸੇ ਦੇ 12 ਕਿਸੇ ਦੇ 18, ਮੈਂ ਐਵਰੇਜ ਕੱਢੀ ਹੈ 1 ਮਹੀਨੇ 'ਚ 1 ਪੇਜ ਹੈ ਜਿਹੜਾ ਅਨੁਵਾਦ ਹੁੰਦਾ ਹੈ, 1 ਮਹੀਨੇ 'ਚ 1 ਪੇਜ ਅਨੁਵਾਦ ਹੁੰਦਾ ਹੈ, 3,72,000 ਰੁਪਈਆ 1 ਪੇਜ ਦੇ ਉੱਤੇ ਖਰਚਾ ਹੁੰਦਾ। ਹਜ਼ਾਰਾਂ ਕਾਨੂੰਨ ਆ, ਕਈ ਮਿੱਤਰ ਵਕੀਲ ਮਿੱਤਰ ਬੈਠੇ ਆ, ਹਜ਼ਾਰਾਂ ਕਾਨੂੰਨ ਨੇ
ਜੇ ਅਸੀਂ 10 ਸਾਲਾਂ 'ਚ 9 ਕਾਨੂੰਨ ਅਨੁਵਾਦ ਕਰਾਂਗੇ ਪੰਜਾਬੀ 'ਚ ਤਾਂ ਅਸੀਂ ਕਦੋਂ ਪੰਜਾਬੀ ਦਾ ਵਿਕਾਸ ਕਰਾਂਗੇ? ਦੂਜੇ ਪਾਸੇ ਇੱਕ ਉਦਾਹਰਣ ਜਿਹੜੀ ਅਸੀਂ ਤਾਮਿਲਨਾਡੂ ਦੀ ਲੈਂਦੇ ਹਾਂ, ਤਾਮਿਲਨਾਡੂ ਸਰਕਾਰ ਨੇ ਇਸ ਕਾਨੂੰਨ ਦਾ ਪੂਰਾ ਫਾਇਦਾ ਉਠਾਇਆ, ਕੇਂਦਰ ਦੀ ਹੈਲਪ ਦਾ ਪੂਰਾ ਫਾਇਦਾ ਉਠਾਇਆ। 2014 ਤੱਕ ਉਹਨਾਂ ਨੇ ਸਾਰੇ ਕਾਨੂੰਨ ਹੈ ਜਿਹੜੇ ਉਹ ਅਨੁਵਾਦ ਕਰ ਲਏ ਆਪਣੇ। ਕੇਰਲ ਸਰਕਾਰ ਨੇ ਇਸ ਵਿਵਸਥਾ ਦਾ ਫਾਇਦਾ ਉਠਾਇਆ, ਉਹਨਾਂ ਨੇ ਪੂਰੇ ਜਿਹੜੇ ਮੈਂਬਰਾਂ ਦੇ ਕਮਿਸ਼ਨ ਮੈਂਬਰ ਨਿਯੁਕਤ ਕੀਤੇ ਉਹ ਟਰਾਂਸਲੇਸ਼ਨ ਵਿਭਾਗ ਦੇ ਰਿਟਾਇਰਡ ਅਫਸਰ ਕੀਤੇ। ਇਹ ਨਹੀਂ ਦੇਖਿਆ ਵੀ ਆਹ ਮੇਰੀ ਪਾਰਟੀ ਦਾ, ਆਹ ਮੇਰਾ ਚਾਚਾ ਭਤੀਜਾ। ਪੂਰੇ ਟ੍ਰੇਡ ਕਮਿਸ਼ਨ ਨਿਯੁਕਤ ਕੀਤਾ ਮੈਂਬਰ, ਫਿਰ ਇੱਕ ਸਪੈਸ਼ਲ ਵਿਭਾਗ ਬਣਾਤਾ ਜਿਹੜਾ ਅਨੁਵਾਦ ਕਰੂਗਾ। ਅਨੁਵਾਦ ਕਰਨ ਤੋਂ ਜੀ ਬੜਾ ਵੱਡਾ ਸਟਾਫ ਲਾਇਆ, ਅਨੁਵਾਦ ਉਹਨਾਂ ਨੇ ਕਰਨਾ, ਕਮਿਸ਼ਨ ਨੇ ਸਿਰਫ ਸੋਧਣਾ, ਸੋਧ ਕੇ ਉੱਪਰ ਭੇਜ ਦੇਣਾ। ਉਹਨਾਂ ਨੇ ਵੀ ਪੂਰੀ ਪ੍ਰਾਪਤੀ ਕੀਤੀ, ਆਪਣੇ ਸਾਰੇ ਕਾਨੂੰਨ ਆ ਜਿਹੜੇ ਉਹ ਆਪਣੀ ਮਾਤ ਭਾਸ਼ਾ 'ਚ ਅਨੁਵਾਦ ਕਰ ਲਿਆ, ਅਤੇ ਅਸੀਂ ਕਿੱਥੇ ਖੜ੍ਹੇ ਹਾਂ? ਜੇ ਇਹੀ ਸਪੀਡ ਰਹਿੰਦੀ ਹੈ ਤਾਂ 100 ਸਾਲ ਦਾ ਥੋੜ੍ਹਾ, 1000 ਸਾਲ ਤੱਕ ਤੁਹਾਡੀ ਪੰਜਾਬੀ ਲਾਗੂ ਨਹੀਂ ਹੋ ਸਕਦੀ। ਔਰ ਅਸੀਂ ਕਦੇ ਦੇਖਿਆ ਤੱਕ ਨਹੀਂ, ਕਦੇ ਕਿਸੇ ਨੂੰ ਪਤਾ ਨਹੀਂ ਹੈ ਵੀ ਇਹ ਕਮਿਸ਼ਨ ਵੀ ਹੈਗਾ, ਔਰ ਇਹ ਕੰਮ ਦੀ ਤਾਂ ਗੱਲ ਹੀ ਛੱਡੋ। ਇਹ ਇੱਕ ਦੂਜਾ ਸਾਡੀ ਜਿਹੜੀ ਵਿਵਸਥਾ ਹੈ ਇਸ ਐਕਟ ਦੀ, ਕਾਨੂੰਨ ਦੀ, ਕੇਂਦਰ ਸਰਕਾਰ ਦੀ ਮਦਦ ਵੀ ਨਹੀਂ ਲੈਂਦੇ। ਇੱਕ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਰੁਜ਼ਗਾਰ 'ਚੋਂ, ਇਹ ਸਰਕਾਰ ਦੀ ਗੱਲ ਕਰ ਰਹੇ ਹਾਂ। ਹੁਣ ਰੁਜ਼ਗਾਰ 'ਚੋਂ ਕਿਵੇਂ ਭਾਸ਼ਾ ਲੋਪ ਹੁੰਦੀ ਹੈ, ਕਿਉਂ ਹਿੰਦੀ ਆਉਂਦੀ ਹੈ, ਕਿਉਂ ਅੰਗਰੇਜ਼ੀ ਆਉਂਦੀ ਹੈ? ਇੱਕੋ ਹੀ ਕਾਰਨ ਹੈ, ਜਦੋਂ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਰਹਿੰਦੀ, ਇਕੱਲਾ ਰੁਜ਼ਗਾਰ ਇੱਕੋ ਹੀ ਮੂਲ ਮੰਤਰ ਹੈ ਇਸ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦਾ। ਜਿਵੇਂ ਅਸੀਂ ਕਹਿੰਦੇ ਇੱਕੋ ਘਰ ਸੱਤ ਨਾਮ ਸੱਤ ਦਾ ਮੂਲ ਮੰਤਰ ਹੈ, ਹਿੰਦੂ ਕਹਿੰਦੇ ਨੇ ਬਿਹਤਰੀ ਮੰਤਰ ਹੈ, ਮੂਲ ਮੰਤਰ ਹੈ, ਤਾਂ ਭਾਸ਼ਾ ਨੂੰ ਸੁਰਜੀਤ ਕਰਨ ਦਾ, ਇਸ ਨੂੰ ਵਿਕਸਿਤ ਕਰਨ ਦਾ ਇੱਕੋ ਮੂਲ ਮੰਤਰ ਹੈ, ਉਹ ਹੈ ਰੁਜ਼ਗਾਰ ਦੀ ਭਾਸ਼ਾ ਬਣਾਉਣ ਦਾ। ਉਹ ਜਿੰਨੇ ਵਿਦਵਾਨ ਆ ਮੇਰੇ ਨਾਲ ਡਿਸਕਸ ਕਰਕੇ ਦੱਸ ਦੇਣ ਵੀ ਜੇ ਉਹ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ ਤਾਂ ਬਾਕੀ ਕਿਹੜੇ ਕਾਰਨ ਕਰਕੇ ਉਹ ਭਾਸ਼ਾ ਜਿਹੜੀ ਬਚੂਗੀ? ਹੁਣ ਸਾਡਾ ਕੀ ਹੈ, ਜਿਹੜਾ ਕੇਂਦਰ ਸਰਕਾਰ ਹੈ ਉਹ ਜਿਹੜੀ ਮੈਂ ਗੱਲ ਕਰੀ ਹੈ 500 ਰੁਪਈਆ ਦਿੰਦੀ ਹੈ ਇੱਕ ਪੇਜ ਦਾ ਅਨੁਵਾਦ ਕਰਨ ਦਾ। ਤੇ ਜੇ ਸਰਕਾਰ ਚਾਹੇ ਵੀ ਅਸੀਂ ਆਪਣਾ ਕਾਨੂੰਨ ਵੀ ਅਨੁਵਾਦ ਕਰਨਾ, ਅਸੀਂ ਆਪਣੇ ਪੰਜਾਬੀ ਪੜ੍ਹੇ ਹੋਏ ਬੱਚਿਆਂ ਨੂੰ ਰੁਜ਼ਗਾਰ ਵੀ ਦੇਣਾ, ਤਾਂ ਉਹ ਇਹ ਜਿਹੜਾ ਅਨੁਵਾਦ ਦਾ ਕੰਮ ਹੈ ਇਹ ਪ੍ਰਾਈਵੇਟ ਬੱਚਿਆਂ ਤੋਂ ਕਰਾਵੇ। ਇੱਕ ਬੱਚਾ 4-5 ਪੇਜ 3000 ਘੰਟਿਆਂ 'ਚ ਬੜੇ ਵਧੀਆ ਆਰਾਮ ਨਾਲ ਕਰ ਸਕਦਾ। 2000 ਰੁਪਈਆ, 3000 ਰੁਪਈਆ ਆਮ ਸਧਾਰਨ ਬੱਚਾ ਜਿਹੜਾ ਹੈ, ਬੱਚੀ ਹੈ, ਉਹ ਘਰੇ ਬੈਠ ਕੇ ਕਮਾ ਸਕਦੀ ਹੈ। ਔਰ ਕਾਨੂੰਨ ਹੈ ਜਿਹੜਾ ਢੇਰਾਂ ਦਾ ਢੇਰ ਅਨੁਵਾਦ ਹੋ ਸਕਦਾ, ਇਹ ਰੁਜ਼ਗਾਰ ਦੇ ਸਾਧਨ ਐਂ ਬਣਨੇ ਹੈ। ਅਗਲੀ ਗੱਲ ਅਦਾਲਤਾਂ ਦੀ ਗੱਲ ਕਰਦੇ ਆਪਾਂ, ਹੁਣ ਥੋੜ੍ਹੀ ਇੱਕ ਛੋਟੀ ਜਿਹੀ ਗੱਲ ਹੈ ਜੀ, ਕਿ ਅਸੀਂ ਬੜਾ ਅਫਸੋਸ ਕਰਦੇ ਹਾਂ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਹੁੰ ਹੈ ਜਿਹੜੀ ਅੰਗਰੇਜ਼ੀ ਚੱਕੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਦਿੰਦੇ ਹੈ ਤਾਂ ਅੰਗਰੇਜ਼ੀ 'ਚ ਦਿੰਦੇ ਹੈ। ਨਾਲ ਹੀ ਸਾਡਾ ਓਪੋਜੀਸ਼ਨ ਦਾ ਜਿਹੜਾ ਲੀਡਰ ਹੈ ਉਹ ਵੀ ਅੰਗਰੇਜ਼ੀ 'ਚ ਬੋਲਦਾ, ਉਹਨੂੰ ਪੰਜਾਬੀ 'ਚ ਬੋਲਣ ਦੀ ਵਿਵਸਥਾ ਇਸ ਕਾਨੂੰਨ 'ਚ ਹੈ। ਹੈ ਕਿ ਉਹ ਦੇਖੋ ਜਿਹੜਾ ਇਹ ਕਹਿੰਦਾ ਧਾਰਾ 6 ਹੈ ਇਹਦੀ, ਇਹਦੀ ਵਿਵਸਥਾ ਕੀਤੀ ਹੈ ਵੀ ਗੌਰਮੈਂਟ ਇੱਕ ਨੋਟੀਫਿਕੇਸ਼ਨ ਰਾਹੀਂ ਕਹਿੰਦੇ ਅਸੀਂ ਕਰਾਂਗੇ ਵਾਰ ਵਾਰ, ਚੋਰ ਮੋਰੀ ਕੀ ਹੈ, ਇੱਕ ਨੋਟੀਫਿਕੇਸ਼ਨ ਰਾਹੀਂ ਅਸੀਂ ਪੰਜਾਬੀ ਲਾਗੂ ਕਰਨਾ, ਕਦੋਂ ਅਸੀਂ ਗੱਲਬਾਤ ਹੈ ਜਿਹੜੀ ਉਹ ਪੰਜਾਬੀ 'ਚ ਕਰਨੀ ਲਾਜ਼ਮੀ ਹੋਊਗੀ, ਉਹਦੀ ਨੋਟੀਫਿਕੇਸ਼ਨ ਜਾਰੀ ਕਰਾਂਗੇ। ਜਿੰਨਾ ਚਿਰ ਨੋਟੀਫਿਕੇਸ਼ਨ ਨਹੀਂ ਕਰਦੇ ਉਹਨਾਂ ਜਿਹੜੇ 'ਚ ਲਿਖਿਆ ਵੀ ਤੁਸੀਂ ਇੰਗਲਿਸ਼ ਹੈ ਹਿੰਦੀ ਹੈ ਉਹਨੂੰ ਜਾਰੀ ਰੱਖ ਸਕਦੇ ਹੋ। ਪੰਜਾਬੀ ਮਾਂ ਦੇ ਪੁੱਤਰ ਹੋ, ਅੱਜ ਤੱਕ ਇਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਹੋਈ।
ਪੰਜਾਬੀ ਚ ਗੱਲਬਾਤ ਕਰਨੀ ਕੋਈ ਜ਼ਰੂਰੀ ਨਹੀਂ ਹੈ ਕਾਨੂੰਨ ਮੁਤਾਬਕ। ਦੂਜੇ ਪਾਸੇ ਜੇ ਤੁਸੀਂ ਅਖਬਾਰ ਇੱਧਰ ਪਤਾ ਨਹੀਂ ਕਿੰਨਾ ਆਉਂਦਾ, ਮਾਰਚ ਦੇ ਵਿੱਚ ਜਦੋਂ ਸੈਸ਼ਨ ਚੱਲ ਰਹੇ ਸੀਗੇ ਵਿਧਾਨ ਸਭਾ ਦੇ ਨਾਗਾਲੈਂਡ ਦੇ ਵਿੱਚ ਔਰ ਮਣੀਪੁਰ ਦੇ ਵਿੱਚ, ਬੜੀਆਂ ਵੱਡੀਆਂ ਸੁਰਖੀਆਂ ਨਾਲ ਖਬਰਾਂ ਲੱਗੀਆਂ ਸੀ। ਉੱਥੇ ਇੰਗਲਿਸ਼ ਭਾਸ਼ਾ ਹੈ, ਉਹ ਕ੍ਰਿਸਚੀਅਨ ਕਮਿਊਨਿਟੀ ਡੋਮੀਨੇਟਡ ਹੈ ਉਹ ਏਰੀਏ, ਤੁਹਾਨੂੰ ਪਤਾ ਉੱਥੇ ਇੰਗਲਿਸ਼ ਉਹਨਾਂ ਦੀ ਰਾਜ ਭਾਸ਼ਾ। ਤਾਂ ਜਿਹੜਾ ਉੱਥੇ ਦੇ ਗਵਰਨਰ ਨੇ ਨਵੀਂ ਸੈਟਅਪ ਦੇ ਵਿੱਚ, ਗਵਰਨਰ ਨੇ ਜਿਹੜੇ ਉਹ ਹਿੰਦੀ ਪਿਆਰੇ ਪਿਆਰੇ ਲੱਗੇ ਹੋਏ ਆ, ਉੱਥੋਂ ਦੇ ਗਵਰਨਰ ਨੇ ਨਾਗਾਲੈਂਡ ਦੇ ਨੇ ਗਵਰਨਰ ਨੇ ਹਿੰਦੀ 'ਚ ਭਾਸ਼ਣ ਸ਼ੁਰੂ ਕੀਤਾ, ਸਾਰੇ ਮੈਂਬਰਾਂ ਨੇ ਉਹਦਾ ਵਾਕਆਊਟ ਕੀਤਾ। ਉਹਨੂੰ ਕਿਹਾ ਕਿ ਨਾ ਇੰਗਲਿਸ਼ 'ਚ ਬੋਲ ਅਤੇ ਜਾਂ ਅਸੀਂ ਵਾਕਆਊਟ ਕਰ ਲਿਆ। ਸਰਕਾਰੀ ਬੰਦਿਆਂ ਨੇ, ਸਰਕਾਰੀ ਧਿਰ ਨੇ ਵੀ ਕਿਹਾ ਉਸ ਨੂੰ ਮਜਬੂਰੀ 'ਚ ਇੰਗਲਿਸ਼ 'ਚ ਬੋਲਣਾ ਪਿਆ, ਰਾਜ ਭਾਸ਼ਾ 'ਚ ਬੋਲਣਾ ਪਿਆ। ਇਹੀ ਗੱਲ ਉਹਨਾਂ ਹੀ ਦਿਨਾਂ 'ਚ ਮਣੀਪੁਰ 'ਚ ਜਿਹੜਾ ਮੰਤਰੀ ਸੀ ਉਹਨੇ ਹਿੰਦੀ 'ਚ ਗੱਲ ਕਰਨੀ ਸ਼ੁਰੂ ਕੀਤੀ, ਉਹਦੀ ਟੋਕਿਆ ਗਿਆ, ਵਾਕਆਊਟ ਹੋਇਆ। ਤਾਂ ਉਹਨੂੰ ਨਾਲ ਦੀ ਨਾਲ ਇਹ ਕਹਿਣਾ ਪਿਆ ਵੀ ਮੈਂ ਤਾਂ ਹਿੰਦੀ ਦੇ ਇੱਕ ਜਿਹੜਾ ਵਿਦਵਾਨ ਹੈ ਉਸ ਨੂੰ ਪੁਰਸਕਾਰ ਮਿਲਿਆ ਸੀ ਉਹਦਾ ਧੰਨਵਾਦ ਕਰਦਾ ਕਿ ਸਾਡੇ ਕੀ ਹੈ ਆਹ ਹਾਲ ਹੈ, ਵਿਵਸਥਾ ਦੇਖ ਲਓ। ਹਲੇ ਤੱਕ ਅਸੀਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਕਦੇ ਕਿਸੇ ਨੇ ਮੰਗ ਨਹੀਂ ਕੀਤੀ, ਅਫਸੋਸ ਇਹ ਹੁੰਦਾ। ਹੁਣ ਆਪਾਂ ਗੱਲ ਕਰਦੇ ਥੋੜ੍ਹੀ ਜਿਹੀ ਅਦਾਲਤਾਂ ਦੇ ਵਿੱਚ, ਜਿਹੜੀ ਸਭ ਤੋਂ ਖਤਰਨਾਕ ਹੈ ਗੱਲ ਉਹ ਇਹ ਹੈ ਵੀ ਸਾਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਇਨਸਾਫ ਨਹੀਂ ਮਿਲਣ ਲੱਗਿਆ। ਪੰਜਾਬ 'ਚ ਜ਼ਿਲ੍ਹਾ ਪੱਧਰੀ ਅਦਾਲਤਾਂ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਇਤਰਾਜ਼ ਨਹੀਂ ਹੈ ਵੀ ਤੁਸੀਂ ਨਹੀਂ ਕਰਨਾ। ਹਾਈਕੋਰਟ ਤੱਕ ਵੀ ਜਿਹੜਾ ਕੇਂਦਰ ਸਰਕਾਰ ਕਹਿੰਦੀ ਤੁਸੀਂ ਕਰ ਲਓ, ਇੱਕੋ ਹੀ ਸ਼ਰਤ ਲਾਈ ਹੈ ਵੀ ਜੇ ਹਾਈਕੋਰਟ 'ਚ ਕੰਮ ਕਰਨਾ ਹੈ ਤਾਂ ਉਹਦੇ ਨਾਲ ਇੰਗਲਿਸ਼ ਅਨੁਵਾਦ ਹੈ ਜਿਹੜਾ ਫੈਸਲੇ ਦਾ ਉਹ ਵੀ ਨਾਲ ਲਾ ਲਓ। ਹੁਣ ਇੱਥੇ ਕੀ ਕਰਦੇ ਆ ਉਲਝਣ, ਇਹਦਾ ਫੈਸਲੇ ਦਾ ਅਦਾਲਤੀ ਕੰਮਕਾਜ ਦੇ ਵਿੱਚ ਪੰਜਾਬੀ ਲਾਗੂ ਹੋਣ ਦਾ ਕੀ ਮਤਲਬ ਹੈ ਵੀ ਸਾਰੇ ਜਿਹੜੇ ਫੈਸਲੇ ਜੱਜ ਲਿਖਦਾ, ਹੁਕਮ ਜੱਜ ਲਿਖਦਾ, ਉਹ ਵੀ ਪੰਜਾਬੀ 'ਚ ਹੋਣੇ ਚਾਹੀਦੇ ਹੈ। ਹਾਈਕੋਰਟ ਦੇ ਜਿਹੜੇ ਫੈਸਲੇ ਹੈ ਉਹ ਵੀ ਪੰਜਾਬੀ 'ਚ ਹੋਣੇ ਚਾਹੀਦੇ ਹੈ। ਇਹ ਕਹਿੰਦਾ ਕਾਨੂੰਨ ਕਰ ਲਓ, ਕਹਿੰਦਾ ਕੇਂਦਰ ਸਰਕਾਰ ਕਹਿੰਦੀ ਕਰ ਲਓ, ਸੰਵਿਧਾਨ ਕਹਿੰਦਾ ਹਾਈਕੋਰਟ ਤੱਕ ਕਰ ਲਓ, ਰਾਜ ਜਿਹੜਾ ਜ਼ਿਲ੍ਹਾ ਅਦਾਲਤਾਂ ਨੇ ਸੈਸ਼ਨ ਜੱਜ ਤੱਕ ਗਿਆ ਜਿੱਥੇ ਸਾਡੇ 90% ਕੇਸ ਹੈ ਉਹ ਮੁੱਕ ਜਾਂਦੇ ਹੈ, ਜਿੱਥੇ ਸਾਡਾ ਸਿੱਧਾ ਲੋਕ ਨੇ ਜਿਹੜੇ ਲਿਟੀਗੈਂਟ ਨੇ ਉਹ ਸਿੱਧੀ ਅਦਾਲਤ ਨਾਲ ਗੱਲ ਕਰਦੇ, ਉਹਨਾਂ ਦੀਆਂ ਗਵਾਹੀਆਂ ਹੁੰਦੀਆਂ ਨੇ, ਉਹਨਾਂ ਦੀ ਜਿਰ੍ਹਾਂ ਹੁੰਦੀਆਂ, ਉਹਨਾਂ ਦੇ ਬਿਆਨ ਲਿਖੇ ਜਾਂਦੇ ਹੈ, 100 ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਸਿੱਧੀਆਂ ਹੁੰਦੀਆਂ ਹਾਈਕੋਰਟ ਜਾ ਕੇ ਉਹ ਘੱਟ ਜਾਂਦੀਆਂ। ਉਹਦੇ ਲਈ ਸਾਡੀ ਜਿਹੜੀ ਹੈਗੀ ਹੈ ਕਾਨੂੰਨ 67 ਵਾਲਾ ਚੁੱਪ ਰਿਹਾ, 2008 ਦੇ ਵਿੱਚ ਇੱਕ ਸੋਧ ਹੋਈ ਹੈ ਇਸ ਕਾਨੂੰਨ ਦੇ ਵਿੱਚ, ਉਦੋਂ ਲੇਖਕਾਂ ਨੇ ਬੁੱਧੀਜੀਵੀ ਨੇ ਥੋੜ੍ਹਾ ਜਿਹਾ ਸਰਕਾਰ ਨੂੰ ਕਿਹਾ ਇਹ ਸੀਗਾ ਤੁਸੀਂ ਪੰਜਾਬੀ ਹੈ ਜਿਹੜੀ ਲਾਗੂ ਕਰੋ, ਸਜ਼ਾ ਕਰੋ ਮੁਲਾਜ਼ਮਾਂ ਨੂੰ ਜਿਹੜੇ ਪੰਜਾਬੀ ਨਹੀਂ ਬੋਲਦੇ। ਤਾਂ ਉਦੋਂ ਇੱਕ ਵਿਵਸਥਾ ਹੋਈ ਇਹ ਵੀ ਪੰਜਾਬੀ ਹੈ ਜਿਹੜੀ ਅਸੀਂ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਕਰ ਦਾਂਗੇ 2008 'ਚ, ਉਦੋਂ ਕਰਤੀ। ਇਹ ਮਈ 2008 ਦੇ ਵਿੱਚ ਕਾਨੂੰਨ ਬਣਿਆ ਸੋਧ ਦਾ, ਅਤੇ ਉਹਦੇ ਵਿੱਚ ਇਹ ਵਿਵਸਥਾ ਕੀਤੀ ਗਈ ਵੀ 6 ਮਹੀਨਿਆਂ ਬਾਅਦ ਐਟੋਮੈਟਿਕਲੀ, ਮਤਲਬ 5 ਨਵੰਬਰ 2008 ਨੂੰ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਨੇ ਜਿਹੜੇ ਇਹਦੇ ਵਿੱਚ ਮਜਿਸਟਰੇਟ ਆ ਜਾਂਦੇ ਨੇ, ਸਬ ਡਿਵੀਜ਼ਨਾਂ ਦੀਆਂ ਅਦਾਲਤਾਂ, ਸੈਸ਼ਨ ਜੱਜ, ਉਹ ਸਾਰੇ ਜਿਹੜੇ ਹੈਗੇ ਆ ਪੰਜਾਬੀ ਦੇ ਵਿੱਚ ਕੰਮ ਕਾਰ ਕਰਨਾ ਸ਼ੁਰੂ ਕਰਨਗੇ। ਆਹ ਕਾਨੂੰਨ ਹੈ ਜਿਹੜਾ ਇੰਗਲਿਸ਼ ਹੈ। ਹੁਣ ਇਹਦਾ ਕੀ ਹੋਇਆ, ਗਾਹਾਂ ਕੀ ਅਸਰ ਹੈ, ਜਿਹੜੀ ਖਤਰਨਾਕ ਸਥਿਤੀ ਹੈ। ਇੱਕ ਜੇ ਪਾਣੀ ਦਾ ਗਲਾਸ ਮੈਨੂੰ ਜ਼ਰੂਰ ਪਾ ਜਾਣਾ। ਹਾਈਕੋਰਟ ਨੇ ਇਮੀਡੀਏਟ ਕਿਹਾ, ਪੰਜਾਬ ਸਰਕਾਰ ਨੇ ਚਿੱਠੀ ਲਿਖੀ ਵੀ ਅਦਾਲਤਾਂ ਦੇ ਵਿੱਚ ਪੰਜਾਬੀ ਲਾਗੂ ਕਰੋ,
ਹਾਈ ਕੋਰਟ ਨੇ ਪੂਰਾ ਡਾਟਾ ਕੱਢਿਆ। ਉਸਨੇ ਹਾਈ ਕੋਰਟ ਨੂੰ ਇੱਕ ਚਿੱਠੀ ਲਿਖੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਸਾਡੇ ਕੋਲ ਇੰਨੀਆਂ ਅਦਾਲਤਾਂ ਨੇ ਦਿੱਤੀ ਹੋਈ ਹੈ ਗਿਣਤੀ, ਸਾਨੂੰ ਹਰ ਅਦਾਲਤ ਦੇ ਵਿੱਚ 3 ਬੰਦੇ ਚਾਹੀਦੇ ਆ, ਪੰਜਾਬੀ ਲਾਗੂ ਕਰਨ ਲਈ 3 ਬੰਦੇ ਚਾਹੀਦੇ ਆ। ਕੌਣ ਨੇ ਉਹ 3 ਬੰਦੇ? ਇਹਦੇ ਵਿੱਚ ਲਿਖਿਆ ਚਿੱਠੀ ਚ ਥੋੜੀ ਦਿਖਦੀ ਨਹੀਂ ਹੈ, ਅਨੁਵਾਦਕ ਚਾਹੀਦਾ ਇੱਕ। ਅਨੁਵਾਦਕ ਕਿਹੜਾ? ਜਿਹਦੇ ਫੈਸਲੇ ਪੰਜਾਬੀ ਤੋਂ ਹਿੰਦੀ ਇੰਗਲਿਸ਼ ਕਰਨੇ ਆ ਜਾਂ ਇੰਗਲਿਸ਼ ਤੋਂ ਪੰਜਾਬੀ ਚ ਕਰਨੇ, ਉਹ ਅਨੁਵਾਦਕ ਚਾਹੀਦੇ ਆ। ਉਹ ਕਿਵੇਂ ਆ, ਉਹਦਾ ਕੀ ਅਸਰ ਹੈ, ਗਾਹ ਗੱਲ ਕਰਦੇ ਆ। ਹੋਰ ਕੌਣ ਚਾਹੀਦਾ? ਏ ਗ੍ਰੇਡ ਸਟੈਨੋਗ੍ਰਾਫਰ ਪੰਜਾਬੀ ਦੇ, ਉਹ ਉੱਚੀਆਂ ਅਦਾਲਤਾਂ ਲਈ, ਸੈਸ਼ਨ ਅਦਾਲਤਾਂ ਲਈ, ਤੇ ਨਾਲ ਛੋਟੀਆਂ ਅਦਾਲਤਾਂ ਲਈ ਬੀ ਗ੍ਰੇਡ ਸਟੈਨੋ। 8 ਦਾ ਫੈਸਲਾ ਕਾਨੂੰਨ ਹੈ, 18 ਹੋ ਗਈ, ਤੇ ਉਹ ਗਵਰਨਮੈਂਟ ਹੈ ਜਿਹੜੀ ਸਿਰਫ 1500 ਬੰਦਾ ਹਾਈ ਕੋਰਟ ਨੂੰ ਨਹੀਂ ਦੇ ਰਹੇ। ਹੁਣ ਜਿਹੜਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਇੱਥੋਂ ਰੁਜ਼ਗਾਰ ਜਨਰੇਟ ਹੁੰਦਾ, ਇਹ ਇੱਕ ਐਗਜ਼ੈਂਪਲ ਹੈ। ਹੁਣ ਇਹ 1469 ਸਾਮੀਆਂ ਲੱਗੀਆਂ, ਹੁਣ ਇਹ ਵੱਧ ਗਈਆਂ। ਇਹ ਚਿੱਠੀ 12 ਦੀ ਹੈ, ਮੈਂ 16 ਦਾ ਵੀ ਡਾਟਾ ਕੱਢਿਆ ਜਿਹੜੀ ਮੇਰੇ ਵਿਸਥਾਰ ਥੱਲੇ ਇਹਦੇ ਆਰਟੀਕਲ ਜੋ ਪੂਰਾ ਦਿੱਤਾ। ਹੁਣ ਇਹ ਮੰਗ 1600 ਦੀ ਹੈ। ਜੇ 1600 ਇਹ ਸਿੱਧੀ ਆਪਾਂ ਗੱਲ ਕਰੀਏ, ਕੌਣ ਆਉਣਗੇ, ਅਨੁਵਾਦਕ ਕੌਣ ਮੰਨਣਗੇ ਜਿਹੜੇ ਪੰਜਾਬੀ ਦੇ ਵਿੱਚ ਮਾਹਰ ਨੇ, ਜਿਹਨਾਂ ਨੂੰ ਪੰਜਾਬੀ ਦੀ ਘੱਟੋ ਘੱਟ MA ਦੀ ਡਿਗਰੀ ਲਈ ਹੋਈ ਹੈ। ਸਟੈਨੋਗ੍ਰਾਫ ਏ ਗ੍ਰੇਡ ਦਾ ਮਤਲਬ ਹੈ ਜਿਹੜਾ ਪੰਜਾਬੀ ਦਾ ਮਾਹਰ ਹੈ। ਏ ਗ੍ਰੇਡ ਬੀ ਗ੍ਰੇਡ ਸਟੈਨੋ ਦਾ ਵੀ ਮਾਹਰ ਹੈ ਜਿਹੜਾ ਪੰਜਾਬੀ ਦਾ ਮਾਹਰ ਹੈ, ਉਹ ਹੋਵੇ। ਇਹ ਹਾਈ ਕੋਰਟ ਇਹ ਮੰਗ ਮੰਨ ਲਈ ਜਾਵੇ, 1500 ਬੱਚਾ ਭਰਤੀ ਕਰ ਲਿਆ ਜਾਵੇ ਨਵਾਂ, ਤਾਂ ਕਿੰਨੇ ਬੰਦਿਆਂ ਨੂੰ ਇਨਕਮ ਜਿਹੜੀ ਹੈ ਇੰਪਲਾਇਮੈਂਟ ਮਿਲਦੀ ਹੈ, ਫਿਰ ਤੁਸੀਂ ਅਦਾਲਤਾਂ ਨੂੰ ਸਾਰਿਆਂ ਦਾ ਵਾਹ ਪੈਂਦਾ। ਜੋ ਇੱਕ ਜੇ ਮੈਜਿਸਟਰੇਟ ਛੋਟੇ ਜਿਹੇ ਜ਼ਿਲ੍ਹੇ 'ਚ 5-20 ਅਦਾਲਤਾਂ ਹੁੰਦੀਆਂ, ਤਾਂ 100 ਵਕੀਲ ਹੁੰਦਾ, 100 ਵਕੀਲ ਨਾਲ 100 ਮੁਨਸ਼ੀ ਹੁੰਦਾ, 40-50 ਟਾਈਪਰਾਈਟਰ ਬੈਠੇ ਹੁੰਦੇ ਹੈ, ਟਾਈਪਿਸਟ। ਮਤਲਬ ਮੇਰਾ ਕਹਿਣਾ ਦਾ ਵੀ ਇਕੱਲੇ 1500 ਨਾਲ ਨਹੀਂ ਸਰਨਾ, ਘੱਟੋ ਘੱਟ 15000 ਮੁਲਾਜ਼ਮ ਹੈ ਜਿਹੜਾ ਉਹਨੂੰ ਇੰਪਲਾਇਮੈਂਟ ਮਿਲੂਗੀ। ਉਹ ਕਿਹੜੇ ਹੋਣਗੇ? ਜਿਹੜੇ ਪੰਜਾਬੀ ਦੇ ਬਾਹਰ ਹੋਣਗੇ। ਫਿਰ ਇਕੱਠੇ ਗੱਲ ਨਹੀਂ ਮੁੱਕਦੀ, ਫਿਰ ਸੋਫਟਵੇਅਰ ਆਉਣਗੇ, ਫਿਰ ਕੰਪਿਊਟਰ ਨਵੇਂ ਬਣਨਗੇ, ਫਿਰ ਲਾ ਦੀਆਂ ਕਿਤਾਬਾਂ ਛਪਣਗੀਆਂ ਹਜ਼ਾਰਾਂ ਨੇ, ਜਿਹਦੇ ਮੈਂ ਕਿੰਨੀਆਂ ਗੱਲਾਂ ਸੁਣਾਵਾਂ, ਸਮਾਂ ਸੀਮਤ ਹੈ। ਪਰ 1500 ਬੰਦਾ ਦੇ ਨਾਲ 15000 ਬੰਦੇ ਨੂੰ ਸਿੱਧੀ ਇੰਪਲਾਇਮੈਂਟ ਮਿਲਦੀ ਹੈ, ਔਰ ਲੱਖਾਂ ਬੰਦਿਆਂ ਨੂੰ ਇਨਡਾਇਰੈਕਟ ਇੰਪਲਾਇਮੈਂਟ ਮਿਲਦੀ ਹੈ। ਸਾਡੀ ਸਰਕਾਰ ਚੁੱਪ ਹੈ। ਆਹ ਸਰਕਾਰ ਦੀ ਚਿੱਠੀ ਵੀ ਤੁਹਾਨੂੰ ਦਿਖਾਉਣਾ, ਇਹ ਚਿੱਠੀ 2015 ਦੀ ਹੈ, 7 ਸਾਲ ਦਾ 6 ਸਾਲ ਦਾ ਜਿਹੜਾ ਹੈਗਾ ਚਿੱਠੀ ਪੱਤਰ ਚੱਲਦਾ। ਸਾਡੀ ਸਰਕਾਰ ਕਹਿੰਦੀ ਹੈ ਮਾਮਲਾ ਵਿਚਾਰ ਅਧੀਨ ਹੈ, ਆ ਚਿੱਠੀ ਪਈ ਹੈ। ਔਰ ਅਸੀਂ ਜਿਹੜੀਆਂ ਯਾਤਰਾਵਾਂ ਧਾਰਮਿਕ ਯਾਤਰਾਵਾਂ ਨੇ ਉਹਦੇ 'ਤੇ ਕਰੋੜਾਂ ਰੁਪਏ ਲਾ ਦਿੰਦੇ ਹਾਂ। ਅਸੀਂ ਕੋਈ ਹੋਰ ਇੱਕ ਸਕੂਲ ਨੂੰ ਜਿੱਥੋਂ ਸਾਡਾ ਇੱਕ ਲੀਡਰ ਪੜ੍ਹ ਕੇ ਆਇਆ ਉਹਨੂੰ 1 ਕਰੋੜ ਰੁਪਇਆ ਦੇ ਦਿੰਦੇ ਹਾਂ, ਜਦੋਂ ਕਿ ਉਹ ਕਰੋੜਾਂ ਅਰਬਾਂ ਪਹਿਲਾਂ ਹੀ ਕਮਾ ਰਿਹਾ ਸਕੂਲ ਹੈ। ਉੱਥੇ ਅਸੀਂ ਦਾਨ ਦੇ ਜਾਂਦੇ ਹਾਂ, ਜਿੱਥੇ ਬੱਚਿਆਂ ਨੂੰ ਰੁਜ਼ਗਾਰ ਦੇਣਾ, ਪੰਜਾਬੀ ਨੂੰ ਪ੍ਰਮੋਟ ਕਰਨਾ, ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਇਨਸਾਫ ਦੇਣਾ, ਉਹ ਅਸੀਂ ਨਹੀਂ ਦਿੰਦੇ। ਇਸ ਕਰਕੇ ਜਿਹੜੀ ਪੰਜਾਬੀ ਹੈ ਉਹ ਜਾ ਰਹੀ ਹੈ, ਇਸ ਕਰਕੇ ਅੰਗਰੇਜ਼ੀ ਹੈ ਜਿਹੜੀ ਔਰ ਹਿੰਦੀ ਹੈ ਉਹ ਆ ਰਹੀ ਹੈ। ਅਗਲੀ ਗੱਲ ਹੁਣ ਦੇਖੋ, ਅਸੀਂ ਹਜੇ ਸ਼ੁਰੂ ਨਹੀਂ ਕੀਤੀ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼, ਇਹਨਾਂ ਸਰਕਾਰਾਂ ਨੇ ਹਾਈ ਕੋਰਟ ਤੱਕ ਜਿਹੜੇ ਫੈਸਲੇ ਆ ਉਹ ਹਿੰਦੀ 'ਚ ਕਰਨ ਦਾ ਕਾਨੂੰਨ ਬਣਾ ਰੱਖਿਆ।
ਔਰ ਤਾਮਿਲਨਾਡੂ ਦੇ ਵਿੱਚ ਸੈਸ਼ਨ ਕੋਰਟਾਂ ਤੱਕ ਉਹਨਾਂ ਨੇ ਆਰਡਰ ਕੀਤਾ ਸੀ ਵੀ ਇਕੱਲੀ ਤਾਮਿਲ 'ਚ ਜਿਹੜੀਆਂ ਜੱਜਮੈਂਟਾਂ ਤੁਸੀਂ ਲਿਖਣੀਆਂ। ਉਹ ਹਾਈ ਸੁਪਰੀਮ ਕੋਰਟ ਨੇ ਥੋੜ੍ਹਾ ਜਿਹਾ ਟਿੱਕਾ ਲਾਤਾ, ਪਰ ਸਟੇਟਾਂ ਦੀ ਤਾਂ ਨੀਅਤ ਦੇਖੋ ਵੀ ਸਾਰਾ ਕਾਨੂੰਨ ਅਨੁਵਾਦ ਕਰਤਾ। ਇਕੱਲਾ ਕਾਨੂੰਨ ਹੀ ਨਹੀਂ, ਜਿਹੜੇ ਫੈਸਲੇ ਇੰਪੋਰਟੈਂਟ ਆਉਂਦੇ ਆ ਹਾਈ ਕੋਰਟਾਂ ਦੇ ਸੁਪਰੀਮ ਕੋਰਟ ਦੇ, ਉਹ ਵੀ ਅਨੁਵਾਦ ਕਰਤੇ ਵੀ ਕਿਤੇ ਕੋਈ ਦਿੱਕਤ ਨਾ ਆਵੇ। ਨਾਲ ਹੁਕਮ ਜਾਰੀ ਕਰਤਾ ਵੀ ਜਿਹੜੀ ਆ ਤਾਮਿਲਨਾਡੂ ਦੇ ਵਿੱਚ ਜਿਹੜੀਆਂ ਵੀ ਜੱਜਮੈਂਟਸ ਨੇ ਉਹ ਕੇਵਲ ਤਾਮਿਲ 'ਚ ਹੋਣਗੀਆਂ। ਇਹ ਸਾਡਾ ਪੰਜਾਬ ਹੁੰਦਾ। ਅੱਗੇ ਪ੍ਰਸ਼ਾਸਨਿਕ ਦਫ਼ਤਰਾਂ ਦੀ ਗੱਲ ਜਿਹੜੀ ਮੈਂ ਗੱਲ ਕਰੀ ਹੈ, ਉਹਦੇ ਵਿੱਚ ਕੀ ਹੈ ਵੀ ਸਾਰਾ ਕੰਮ ਕਾਰ ਹੈ ਜਿਹੜਾ ਉਹ ਪੰਜਾਬੀ 'ਚ ਹੋਣਾ ਚਾਹੀਦਾ। ਠੀਕ ਹੈ, ਤੁਸੀਂ NRI ਆ ਗਏ, ਇੱਧਰ ਹੋਰ ਵੀ ਆ ਗਏ, ਕਈ ਤਾਂ ਲੋੜ ਵੀ ਪੈਂਦੀ ਹੈ, ਤਾਂ ਨਾਲ ਇਹ ਹੈ ਵੀ ਜੇ ਕਰਨੀ ਹੈ ਜਨਮ ਸਰਟੀਫਿਕੇਟ ਹੈ ਇੰਗਲਿਸ਼ 'ਚ ਵੀ ਦੇ ਦਿਓ, ਪਰ ਪੰਜਾਬੀ 'ਚ ਤਾਂ ਦਿਓ। ਤੁਸੀਂ ਮੌਤ ਸਰਟੀਫਿਕੇਟ ਹੈ ਕਿਸੇ ਨੂੰ ਸਪੈਸ਼ਲੀ ਕਨੇਡਾ ਲੈ ਕੇ ਆਉਣਾ, ਹਿੰਦੀ 'ਚ ਵੀ ਇੰਗਲਿਸ਼ 'ਚ ਵੀ ਦਿਓ, ਨਾਲ ਪੰਜਾਬੀ 'ਚ ਵੀ ਦਿਓ। ਹੁਣ ਪਾਸਪੋਰਟ ਬਣਦਾ, ਤੁਸੀਂ ਦੇਖਿਆ ਪੰਜਾਬ ਆਪਣਾ ਇਕੱਲਾ ਅੰਗਰੇਜ਼ੀ 'ਚ ਬਣਦਾ। ਹੁਣ ਇੱਥੋਂ ਦੇ ਜਿਹੜੇ ਤੁਹਾਡੇ ਪਾਸਪੋਰਟ ਹੈ ਕੈਨੇਡੀਅਨ ਪਾਸਪੋਰਟ ਹੈ, ਨਾਲ ਫਰੈਂਚ 'ਚ ਬਣਦੇ ਆ, ਕਿਉਂਕਿ ਇੱਥੋਂ ਦੀ ਰਾਜ ਭਾਸ਼ਾ ਉੱਥੋਂ ਦੀ। ਕੋਈ ਸਾਡੇ ਜਿਹੜੇ ਪ੍ਰਸ਼ਾਸਨਿਕ ਦਫ਼ਤਰ ਹੈ ਉੱਥੇ ਕਿਤੇ ਵੀ ਜਿਹੜੀ ਪੰਜਾਬੀ ਦੇ ਵਿੱਚ ਕੋਈ ਲਾਗੂ ਨਹੀਂ ਹੁੰਦਾ, ਕੰਮ ਨਹੀਂ ਹੁੰਦਾ। ਸਬੂਤ ਹੈ, ਤੁਹਾਡੇ ਹੱਥਾਂ 'ਚ ਨੈੱਟ ਨੇ, ਖੋਲ੍ਹ ਕੇ ਦੇਖੋ। ਪੰਜਾਬ ਸਰਕਾਰ ਨੇ ਬਹੁਤ ਸਾਰੀ RTI ਐਕਟ ਦੇ ਅੰਦਰ ਇਨਫੋਰਮੇਸ਼ਨ ਪਾਈ ਹੋਈ ਹੈ, ਸਾਰੀ ਅੰਗਰੇਜ਼ੀ 'ਚ ਹੈ। ਕਿਸੇ ਵੀ ਵਿਭਾਗ ਦੀ ਇਨਫੋਰਮੇਸ਼ਨ ਉਹ ਪੰਜਾਬੀ 'ਚ ਨਹੀਂ ਹੈ। ਅਸੀਂ ਕਹਿੰਦੇ ਹਾਂ ਠੀਕ ਹੈ ਅੰਗਰੇਜ਼ੀ 'ਚ ਵੀ ਪਾ ਦਿਓ, ਪਰ ਪੰਜਾਬੀ 'ਚ ਵੀ ਨਾਲ ਪਾ ਦਿਓ। ਸਾਡੇ ਨਾਲ ਬਣਿਆ ਸੂਬਾ ਹਰਿਆਣਾ, ਉਹਦੀ ਨੈੱਟ ਖੋਲ੍ਹ ਲਓ। ਇਹ ਮੈਂ ਸਬੂਤਾਂ ਦੀ ਲੋੜ ਨਹੀਂ ਹੈਗੀ ਵੀ ਇਹ ਗੁਪਤ ਸਬੂਤ ਨੇ, ਮੈਂ ਵਕੀਲ ਹਾਂ ਅਤੇ ਸਿੱਧੇ ਸਬੂਤਾਂ ਦੀ ਗੱਲ ਕਰਨਾ। ਉਹਨਾਂ ਦਾ ਵੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਨੂੰ ਹਿੰਦੀ 'ਚ ਮਿਲੂ ਜਾਂ ਅੰਗਰੇਜ਼ੀ 'ਚ ਨਾਲ ਮਿਲੂਗੀ। ਅਤੇ ਅਸੀਂ ਜਿਹੜਾ ਪ੍ਰਸ਼ਾਸਨਿਕ ਦਫ਼ਤਰ ਹੈ ਉਹ ਆਹ ਕੀਤਾ। ਇੱਕ ਹੋਰ ਬੜੀ ਖਤਰਨਾਕ ਜਿਹੜੀ ਗੱਲ ਹੈ ਉਹ ਮੈਂ ਤੁਹਾਡੇ ਧਿਆਨ 'ਚ ਲਵਾਂ। ਪ੍ਰਸ਼ਾਸਨਿਕ ਦਫ਼ਤਰਾਂ 'ਚ ਜਿਹੜਾ 2008 ਦੇ ਵਿੱਚ ਸੋਧ ਹੋ ਕੇ ਇਹ ਬਣਾਇਆ ਕਾਨੂੰਨ, ਵੀ ਅਸੀਂ ਜਿਹੜਾ ਦਫ਼ਤਰਾਂ ਦੇ ਵਿੱਚ ਪ੍ਰਸ਼ਾਸਨਿਕ ਦਫ਼ਤਰ ਹੈ ਉਹਦੇ ਵਿੱਚ ਪੰਜਾਬੀ ਹੈ ਉਹ ਲਾਗੂ ਕਰਾਂਗੇ, ਪਰ ਪੰਜਾਬੀ 'ਚ ਕੰਮ ਕਾਰ ਕਿੰਨਾ ਕੁ ਹੋਊਗਾ ਉਹ ਆਹ ਦੇਖੋ। ਲਾਲਕ ਆਲ ਓਫੀਸ਼ੀਅਲ ਕੋਰਸਪੋਂਡੈਂਸ, ਕੇਵਲ ਦਫ਼ਤਰੀ ਕੰਮ ਚਿੱਠੀ ਪੱਤਰ ਹੈ ਜਿਹੜਾ ਉਹ ਪੰਜਾਬੀ 'ਚ ਹੋਊਗਾ। ਚਿੱਠੀ ਪੱਤਰ ਦਫ਼ਤਰਾਂ ਦਾ ਕਿੰਨਾ ਕੁ ਹੁੰਦਾ? 5%, ਔਰ ਉਹਦਾ ਲੋਕਾਂ ਨਾਲ ਕੀ ਵਾਹ ਹੈ? 0%। ਚਾਹੀਦਾ ਕੀ ਹੈ? ਰੁਜ਼ਗਾਰ ਕਿਵੇਂ ਪੈਦਾ ਹੋਵੇ? ਹੁਣ ਜੇ ਤੁਸੀਂ ਸੇਲ ਟੈਕਸ ਦੀ ਰਿਟਰਨ ਭਰਨੀ ਹੈ ਤਾਂ ਤੁਹਾਡੇ ਜਿਹੜਾ CA ਹੈ ਚਾਹੇ ਤੁਹਾਡਾ ਵਕੀਲ ਹੈ ਉਹਦੇ ਲਈ ਜ਼ਰੂਰੀ ਹੋਵੇ ਵੀ ਪੰਜਾਬੀ ਦੇ ਵਿੱਚ ਰਿਪੋਰਟ ਹੋਵੇ। ਕੀ ਹੋਊਗਾ? CA ਪੰਜਾਬੀ ਪੜ੍ਹੂਗਾ? ਫਿਰ ਜਿਹੜਾ ਵਪਾਰੀ ਹੈ ਘੱਟੋ ਘੱਟ ਮੈਂ ਲੁਧਿਆਣੇ 'ਚ ਰਹਿਣਾ, ਤੁਸੀਂ ਜਿਹੜੇ 'ਚ ਵੱਡੇ ਵਪਾਰ ਕਰਦੇ ਹੋ, ਕੋਈ ਵੀ ਵਪਾਰੀ ਉਹਨਾਂ ਚਿਰ ਕੋਈ ਸਟੇਟਮੈਂਟ ਦਸਤਖਤ ਨਹੀਂ ਕਰਦਾ ਜਿੰਨਾ ਚਿਰ ਉਹ ਤਸੱਲੀ ਨਹੀਂ ਕਰਦਾ ਕਿ ਸਹੀ ਹੈ। ਉਹ ਆਪਣੇ ਪੁੱਤ 'ਤੇ ਵੀ ਵਿਸ਼ਵਾਸ ਨਹੀਂ ਕਰਦਾ। ਅਤੇ ਜੇ ਵਪਾਰੀ ਨੂੰ ਪਤਾ ਹੈ ਵੀ ਮੇਰੀ ਸਟੇਟਮੈਂਟ ਪੰਜਾਬੀ 'ਚ ਆਉਣੀ ਹੈ ਤਾਂ ਉਹ ਵੀ ਕੁਛ ਮਾੜੀ ਮੋਟੀ ਸਿੱਖੂਗਾ। ਅਤੇ ਇੱਥੇ ਕੀ ਹੈ? ਅੰਗਰੇਜ਼ੀ ਚੱਲਣ ਦੇ, ਉਹ ਫੈਸਲੇ ਵੀ ਅੰਗਰੇਜ਼ੀ 'ਚ ਹੁੰਦੇ ਆ। ਇਕੱਲਾ ਚਿੱਠੀ ਪੱਤਰ ਇੱਕ ਹੋਰ ਪੰਜਾਬ ਸਰਕਾਰ ਦੀ ਤੁਹਾਨੂੰ ਦਿਖਾਉਣੇ ਆ। ਹੁਣ ਇੱਕੋ ਹੀ ਇੱਕ ਜਿਹੜਾ ਮੇਰੇ ਧਿਆਨ 'ਚ ਆਇਆ ਜਿਹਦਾ ਪੰਜਾਬੀ ਅਨੁਵਾਦ ਅਤੇ ਅੰਗਰੇਜ਼ੀ ਅਨੁਵਾਦ ਪਿਆ, ਉਹ ਇੱਕ ਅਮੈਂਡਮੈਂਟ ਹੈ ਇਕੱਲੀ। ਢਿੱਲੋਂ ਸਾਹਿਬ ਬੈਠੇ ਆ ਵੀ ਪੰਜਾਬੀ 'ਚ ਬਹੁਤ ਲਿਖਦੇ ਆ, VS ਢਿੱਲੋਂ ਸਾਹਿਬ ਹਾਈ ਕੋਰਟ ਦੇ ਨੇ,
ਇਹਨਾਂ ਨੂੰ ਪਤਾ ਹੈ ਦੇਖੋ ਦਿਖਾਤ ਸਾਡਾ ਅਨੁਵਾਦ ਦਾ ਦਿਖਾਣ ਦੇਖੋ ਜਿਹੜਾ ਪੰਜਾਬੀ ਵਰਸ਼ਨ ਹੈ ਇਹਦਾ ਇੱਕੋ ਦਿਨ ਗਜ਼ਲ ਛਪਿਆ ਉਹਦੇ ਚ ਕੀ ਲਿਖਿਆ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਸਾਰਾ ਕੰਮ ਕਾਜ ਪੰਜਾਬੀ ਚ ਕੀਤਾ ਜਾਵੇਗਾ ਅਨੁਵਾਦ ਚ ਦੇਖੋ ਅਸੀਂ ਹੁਣ ਮਿਲੇ ਸੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਬੜਾ ਵੱਡਾ ਉਪਰਾਲਾ ਕੀਤਾ ਸਾਡੀ ਉਹਨਾਂ ਨੇ ਬਾਂਹ ਫੜੀ ਆ ਮੈਂ ਉਹਨਾਂ ਕੋਲ ਵੀ ਗਿਆ ਤੁਹਾਡੇ ਵੱਲ ਵੀ ਪੰਜਾਬੀ ਇਕੱਲੇ ਧਰਮ ਦੇ ਬੇਸ ਤੇ ਨਹੀਂ ਬਚਣੀ ਜਿਹਨਾਂ ਨੂੰ ਫਖਰ ਹੈ ਨਾ ਜਾਂ ਅਹੰਕਾਰ ਹੈ ਵੀ ਧਰਮ ਕਰਕੇ ਤੁਹਾਡੀ ਪੰਜਾਬੀ ਬਚੂਗੀ ਇਹ ਤੁਹਾਡਾ ਭਲੇਖ ਹੈ ਮੈਂ ਸੰਸਕ੍ਰਿਤ ਦੀ ਉਦਾਹਰਨ ਦਿੰਦਾ ਹੁੰਦਾ ਸੰਸਕ੍ਰਿਤ ਕਿੱਡੇ ਵੱਡੇ ਹਿੰਦੂ ਨੇ ਤੁਹਾਡੇ ਨਾਲ ਕਿੰਨੇ ਜਿੰਨੇ ਵੱਧ ਨੇ ਕਿੰਨੀ ਗਿਣਤੀ ਵੱਧ ਹੈ ਉਹਨਾਂ ਦੀ ਭਾਸ਼ਾ ਜਿਹੜਾ ਸਾਰਾ ਧਾਰਮਿਕ ਲਿਟਰੇਚਰ ਹੈ ਉਹ ਸੰਸਕ੍ਰਿਤ 'ਚ ਹੈ ਹੁਣ ਕਿੰਨੇ ਕੁ ਲੋਕ ਸੰਸਕ੍ਰਿਤ ਪੜ੍ਹਦੇ ਆ ਕਿੱਥੇ ਅਸੀਂ ਕਹਿੰਦੇ ਧਰਮ ਨੇ ਬਚਾ ਰੱਖੀ ਹੈ ਸੰਸਕ੍ਰਿਤ ਪਰ ਕਿੰਨੇ ਕੁ ਲੋਕਾਂ ਦੇ ਕੰਮ ਆਉਂਦੀ ਭਾਸ਼ਾ ਹੈ ਜੇ ਤੁਸੀਂ ਸਮਝਦੇ ਹੋ ਕਿ ਧਰਮ ਦੇ ਨਾਂ ਦੇ ਉੱਤੇ ਬਚੀ ਰਹੂਗੀ ਤਾਂ ਇੰਨੀ ਕੀ ਬਚੂਗੀ ਹੁਣ ਸੰਸਕ੍ਰਿਤ ਵੀ ਕਿਉਂ ਹੈ ਬਚੀ ਹੋਈ ਹੈ ਕਿਉਂ ਮੈਂ ਰੁਜ਼ਗਾਰ ਦੀ ਤੁਹਾਨੂੰ ਥਿਊਰੀ ਦਿੱਤੀ ਹੈ ਕਿਉਂਕਿ ਪੰਡਤਾਂ ਦਾ ਰੁਜ਼ਗਾਰ ਹੈ ਤੁਸੀਂ ਪੰਜਾਬ ਦੇ ਵਿੱਚ ਇੱਕ ਨਿਯਮ ਬਣਾ ਦਿਓ ਵੀ ਅੱਗੇ ਤੋਂ ਪੰਡਤ ਜਿਹੜੇ ਮੰਤਰ ਨੇ ਉਹ ਪੰਜਾਬੀ 'ਚ ਪੜ੍ਹਨਗੇ 50 ਸਾਲਾਂ 'ਚ ਸੰਸਕ੍ਰਿਤ ਖਤਮ ਹੋ ਜਾਊ ਇਸ ਲਈ ਮਿੱਤਰੋ ਪੰਜਾਬੀ ਨੂੰ ਬਚਾਉਣਾ ਸਾਰੇ ਫੀਲਡਾਂ 'ਚ ਇਕੱਲੀ ਇੰਨੇ ਨਾਲ ਨਹੀਂ ਸਰਨਾ ਵੀ ਸਾਡੀ ਧਾਰਮਿਕ ਭਾਸ਼ਾ ਇਹ ਜੀ ਗੱਲ ਮੈਂ ਕਰੀ ਕਾਨੂੰਨੀ ਗੱਲ ਹੋਰ ਵੀ ਗੱਲਾਂ ਨੇ ਕਰਨ ਵਾਲੀਆਂ ਪਰ ਮੈਂ ਸਮੇਂ ਦੀ ਸੀਮਾ 'ਚ ਰਹਿਣਾ ਚਾਹੁੰਦਾ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਆਪਾਂ ਗੱਲ ਕਰੀਏ ਥੋੜ੍ਹਾ ਜਿਹਾ ਜਿਹੜਾ ਹਵਾਲਾ ਹੈ ਉਹ ਮੇਰੇ ਸਾਥੀ ਨੇ ਮਨਜਿੰਦਰ ਸਿੰਘ ਸੇਖੋਂ ਨੇ ਜਿਹੜੇ ਅਸੀਂ ਕੰਮ ਕਰਦੇ ਹਾਂ ਇਕੱਠੇ ਉਹਨਾਂ ਨੇ ਗੱਲ ਕਰੀ ਹੈ ਮੈਂ ਤੁਹਾਨੂੰ ਹੁਣ ਡਾਟਾ ਦਿੰਦਾ ਔਰ ਮੇਰਾ ਇਹ ਦਾਅਵਾ ਹੈ ਵੀ ਇਹ ਜਿਹੜਾ ਬਹੁਤ ਵੱਡਾ ਪੱਖ ਪੰਜਾਬੀ ਦੇ ਹੱਕ 'ਚ ਆਉਂਦਾ ਹੈ ਉਹ ਕੇਲਾ ਮੈਂ ਹੀ ਕੱਢਿਆ ਅੱਜ ਤੱਕ ਕਿਸੇ ਨੇ ਡਾਟਾ ਤੁਸੀਂ ਨੈੱਟ ਖੋਲੋ ਇੱਥੇ ਵੀ ਜਦੋਂ ਮੈਂ ਪੰਜਾਬੀ ਦੀ ਲੇਖਕਾਂ ਦੀ ਸਭਾ 'ਚ ਗੱਲ ਕੀਤੀ ਇੱਕ ਬੜੇ ਸਿਆਣੇ ਵਿਦਵਾਨ ਲੇਖਕ ਨੇ ਮੈਨੂੰ ਪੁੱਛਿਆ ਕਹਿੰਦਾ ਸੱਚ ਕਹਿੰਦੂ ਸੱਚ ਹੈ ਇਹ ਮੈਂ ਨੈੱਟ ਖੋਲ੍ਹ ਤੇਰੇ ਗੇਮ 'ਚ ਫੋਨ ਆ ਖੋਲ੍ਹ ਇੱਕ ਸਕਿੰਟ 'ਚ ਤੇਰਾ ਸੱਚ ਆ ਜਿਹੜਾ ਉਹ ਵੈਰੀਫਾਈ ਹੋਊਗਾ ਦੇਖੋ ਇੱਕ ਪੋਲੀਟੀਕਲ ਜਿਹੜਾ ਦ੍ਰਿਸ਼ਟੀਕੋਣ ਹੈ ਜਿਹਦੇ ਕਰਕੇ ਪੰਜਾਬੀ ਦਾ ਘਾਟ ਹੋ ਰਿਹਾ ਇਹ ਸਭ ਨੂੰ ਪਤਾ ਸਾਨੂੰ ਵੀ ਪੰਜਾਬੀ ਲਾਗੂ ਕਿਉਂ ਨਹੀਂ ਹੁੰਦੀ ਇੱਕੋ ਹੀ ਕਾਰਨ ਹੈ ਕਾਂਗਰਸੀਆਂ ਨੂੰ ਵੀ ਫਿਕਰ ਹੈ ਡਰ ਹੈ ਵੀ ਸਾਡਾ ਵੋਟ ਬੈਂਕ ਖੁਸੂ ਹਿੰਦੀਆਂ ਹਿੰਦੂਆਂ ਦਾ ਅਤੇ ਅਕਾਲੀਆਂ ਨੂੰ ਤਾਂ ਹੈ ਹੀ ਡਰ ਨਾਲ ਵੀ ਸਾਡਾ ਜਿਹੜਾ ਧਰਮ ਹੈ ਉਹ ਜਿਹੜੀ ਹਿੰਦੂ ਧਰਮ ਦੀ ਵੋਟ ਹੈ ਖੁਸਦੂ ਇੱਕੋ ਇੱਕ ਡਰ ਹੈ ਉਹ ਡਰ ਕਿਹੜਾ 50 ਸਾਲ ਪੁਰਾਣਾ ਪਾਇਆ ਹੋਇਆ ਡਰ ਹੈ ਜਦੋਂ ਪੰਜਾਬੀ ਸੂਬੇ ਦੀ ਸਥਾਪਨਾ ਲਈ ਸੰਘਰਸ਼ ਹੋ ਰਿਹਾ ਸੀ ਉਦੋਂ ਕੁਝ ਘਰਾਣਿਆਂ ਨੇ ਤੁਹਾਨੂੰ ਪਤਾ ਸਾਰਾ ਮੈਂ ਜੇ ਡਿਟੇਲ 'ਚ ਨਹੀਂ ਆਉਂਦਾ ਸਮਾਂ ਥੋੜ੍ਹਾ ਤਾਂ ਉਹਨਾਂ ਦੀ ਪਾਈ ਹੋਈ ਲੜਾਈ ਕਾਰਨ ਇਹ ਇੱਕ ਕਨਵਿਕਸ਼ਨ ਬਣੀ ਵੀ ਪੰਜਾਬੀ ਸਿੱਖਾਂ ਦੀ ਅਤੇ ਹਿੰਦੂਆਂ ਨੂੰ ਪੰਜਾਬੀ ਐਂਟੀ ਕਰਤਾ ਉਹ ਹਿੰਦੀ ਲਿਖਾਉਣਗੇ ਉਹ ਡਰ ਹਾਲੇ ਤੱਕ ਬੈਠਾ ਹੋਇਆ ਜਦੋਂ ਕਿ ਪੰਜਾਬੀਆਂ ਨੇ ਇਹਨਾਂ ਦਰਖ ਦੁੱਖ ਦਰਦ ਹੰਢਾਉਣ ਦੇ ਬਾਵਜੂਦ ਵੀ ਪੰਜਾਬੀ ਨੂੰ ਨਹੀਂ ਛੱਡਿਆ ਅਤੇ ਆਹ ਜਿਹੜੇ ਸਰਕਾਰੀ ਅੰਕੜੇ ਆ ਜਿਹਨੂੰ ਆਪਾਂ ਮਰਦਮਸ਼ੁਮਾਰੀ ਕਹਿੰਦੇ ਹਾਂ ਇਹਦੇ ਜਿਹੜਾ ਅੰਕੜੇ ਦੇਖੋ ਜਿਹੜਾ 1991 ਦੇ ਅੰਕੜੇ ਹੈ ਉਹਦੇ ਵਿੱਚ 84.44% ਜਿਹੜੇ ਪੰਜਾਬੀ ਹੈ ਪੰਜਾਬ 'ਚ ਵੱਸਦੇ ਹੈ ਉਹਨਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਵੱਡੀ ਗੱਲ ਹੈ ਫਿਰ ਹੋਰ ਅੱਗੇ ਆਓ 2001 'ਚ 91.7% ਲੋਕਾਂ ਨੇ ਪੰਜਾਬੀ ਲਿਖਾਤੀ ਹੈ ਹੁਣ ਜਿਹੜੇ ਬਾਕੀ ਬਚਦੇ 8% ਹੈ ਉਹ ਸਾਨੂੰ ਪਤਾ ਪੰਜਾਬ ਦੇ ਵਿੱਚ ਬੰਗਾਲੀ ਵੀ ਨੇ ਬਿਹਾਰੀ ਵੀ ਨੇ ਉੱਥੇ ਉੜੀਸਾ ਵਾਲੇ ਵੀ ਬੈਠੇ ਆ 7% ਆਬਾਦੀ ਨੌਨ ਪੰਜਾਬੀਆਂ ਦੀ ਹੈ
ਅਸੀਂ ਉਹਨਾਂ 'ਤੇ ਫਖਰ ਕਰਦੇ ਹਾਂ ਵੀ ਉਹ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਆਪਣੀ ਮਾਤ ਭਾਸ਼ਾ ਨਹੀਂ ਛੱਡੀ। ਹੁਣ 91% ਦਾ ਵਿਸ਼ਲੇਸ਼ਣ ਕਰ ਲਓ ਥੋੜ੍ਹਾ ਜਿਹਾ, ਇੰਨਾ ਵਿਸ਼ਲੇਸ਼ਣ ਅੰਕੜਿਆਂ 'ਚ ਹੈ। ਹੁਣ ਇਹ ਅਗਲਾ ਮੇਰਾ, ਵੈਸੇ ਮੈਂ ਕਦੇ ਪੜ੍ਹਿਆ ਸੀ ਵੀ 60% ਸਿੱਖ ਪਾਪੂਲੇਸ਼ਨ ਹੈ ਪੰਜਾਬ 'ਚ, ਪਰ ਕੱਲ੍ਹ ਹੀ ਇੱਕ ਬੜੇ ਵੱਡੇ ਵਿਦਵਾਨ ਨੇ ਮੈਨੂੰ ਕਰੈਕਟ ਕੀਤਾ ਵੀ ਨਹੀਂ ਚਰੰਜੇ 54%, ਆਪਾਂ 60% ਵੀ ਲਾ ਲਓ ਤਾਂ ਜਿਹੜੇ ਪੰਜਾਬੀ ਬਾਕੀ ਆ ਨੇ 31.7% ਨੇ ਲਿਖਾਈ ਆ, ਕੌਣ ਨੇ? ਹਿੰਦੂ, ਮੁਸਲਿਮ ਅਤੇ ਈਸਾਈ। ਮੁਸਲਿਮ ਅਤੇ ਈਸਾਈਆਂ ਦੀ ਕਿੰਨੀ ਕੁ ਆਬਾਦੀ ਆ ਆਪਾਂ ਜਾਣਦੇ ਹਾਂ, 0.7% ਤੋਂ ਵੱਧ ਨਹੀਂ ਹੋਣੀ। 31% ਕੌਣ ਹੈ? ਉਹ ਪੰਜਾਬ ਦੇ ਕਿਹੜੇ 31% ਹੈ ਜਿਹੜੇ ਪੰਜਾਬੀ ਲਿਖਾਉਂਦੇ ਆ ਆਪਣੀ ਮਾਤ ਭਾਸ਼ਾ? ਔਰ ਮਰਦਮਸ਼ੁਮਾਰੀ ਹੈ ਜਿਹੜੀ, ਉਸ ਸਮੇਂ ਕੋਈ ਪ੍ਰੈਸ਼ਰ ਨਹੀਂ ਹੁੰਦਾ, ਇਕੱਲਾ ਇੱਕ ਮੁਲਾਜ਼ਮ ਆਉਂਦਾ ਤੁਹਾਡੇ ਘਰ ਬੈਠ ਕੇ ਲਿਖ ਕੇ ਲੈ ਜਾਂਦਾ, ਤੁਸੀਂ ਬੜੇ ਆਰਾਮ ਨਾਲ ਲਿਖਾ ਦਿੰਦੇ ਹੋ। ਤਾਂ ਉਹਨੇ ਕਿੱਥੇ ਹੈ, ਕੌਣ ਮੰਗ ਕਰ ਰਿਹਾ ਵੀ ਹਿੰਦੀ ਲਾਗੂ ਰੱਖੋ? ਸਾਰੇ ਪੰਜਾਬੀਆਂ ਨੇ ਬੜਾ ਇੱਕ, ਮੈਨੂੰ ਬੜੀ ਖੁਸ਼ੀ ਹੋਈ ਹੈ ਆਪਣੀ ਉਮਰ 'ਚ, ਸਾਰੀ ਉਮਰ 'ਚ ਵੱਧ ਖੁਸ਼ੀ ਇਸ ਡਾਟੇ ਨੂੰ ਪੜ੍ਹ ਕੇ ਹੋਈ ਵੀ ਸਾਰੇ ਪੰਜਾਬੀਆਂ ਨੇ ਹੁਣ ਪੰਜਾਬੀ ਹੈ ਜਿਹੜੀ ਨੂੰ ਮਾਤ ਭਾਸ਼ਾ ਮੰਨ ਲਿਆ ਸਰਕਾਰੀ ਤੌਰ। ਇੱਕ ਹੋਰ ਗੱਲ, ਇਸੇ ਗੱਲ ਨੂੰ ਪਿੱਛੇ ਜੇ ਤੁਸੀਂ ਦੇਖਿਆ ਵੀ ਉੱਚੀਆਂ ਫੇਰਨ ਦਾ ਇੱਕ ਕੰਮ ਚੱਲਿਆ ਸੀ, ਇੱਕ ਸਧਾਰਨ ਪੇਂਡੂ ਮੁੰਡੇ ਨੇ ਜਿਹਦੀ ਬੈਕਗਰਾਊਂਡ ਵੀ ਕੋਈ ਬਹੁਤੀ ਵਧੀਆ ਨਹੀਂ ਹੈ, ਉਸ ਨੂੰ ਗੁੱਸਾ ਆਇਆ ਵੀ ਮੇਰੇ ਪੰਜਾਬ ਦੇ ਵਿੱਚ ਅੱਜ ਸਾਈਨ ਬੋਰਡ ਅੰਗਰੇਜ਼ੀ ਉੱਪਰ ਹਿੰਦੀ ਥੱਲੇ, ਅਤੇ ਉਦੋਂ ਥੱਲੇ ਪੰਜਾਬੀ ਨੇ ਉੱਚੀਆਂ ਫੇਰੀਆਂ। ਕਾਫੀ ਚਰਚਾ ਹੋਈ ਨਾ ਲੱਦਾ ਸਧਾਰ ਲੱਖਾ ਸਧਾਰਨ, ਇੱਥੋਂ ਤੱਕ ਯਾਦ ਕਰਨ ਲੱਗ ਗਏ ਸੀ ਉਹਨੂੰ ਕੈਨੇਡਾ ਤੱਕ, ਸਾਰਿਆਂ ਨੇ ਆਵਾਜ਼ ਦਿੱਤੀ ਜਦੋਂ ਮੈਂ ਭੁੱਲਣ ਲੱਗਿਆ ਤਾਂ ਉਸ ਮੁੰਡੇ ਨੇ ਉੱਚੀ ਫੇਰੀ। ਅਤੇ ਦੱਸੋ ਮੈਨੂੰ ਕਿਹੜੇ ਹਿੰਦੂ ਅਦਾਰੇ ਨੇ ਉਸ ਦਾ ਵਿਰੋਧ ਕੀਤਾ ਮੁੰਡੇ ਦਾ ਵੀ ਭਾਈ ਨਹੀਂ ਹਿੰਦੀ ਰਹਿਣ ਦੇ? ਕਿਸੇ ਨੇ ਨਹੀਂ ਕੀਤਾ ਵਿਰੋਧ। ਅਤੇ ਕੌਣ ਹੈ ਫਿਰ ਵੀ ਕਿਹੜੇ ਸਿਆਸੀ ਧਿਰ ਹੈ ਜਿਹੜੀ ਡਰੀ ਬੈਠੀ ਹੈ? ਕੋਈ ਪੰਜਾਬੀ ਕਿਸੇ ਹੋਰ ਧੜੇ ਦੀ ਨਹੀਂ ਹੈ, ਸਭ ਦੀ ਪੰਜਾਬੀ ਹੈ, ਸਭ ਨੂੰ ਜਿਹੜਾ ਹੈਗਾ ਉਹ ਸਾਨੂੰ ਕਰਨੀ ਪੈਣੀ ਇਹਦਾ ਯਤਨ। ਹੁਣ ਆਖਰੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਸੰਬੰਧਿਤ ਨੇ, ਹੁਣ ਇਹ ਗੱਲ ਮੈਂ ਕਰੀ ਦਿੱਤੀ ਹੈ ਵੀ ਜਿਹੜਾ ਮੂਲ ਕਾਰਨ ਹੈ ਪੰਜਾਬੀ ਦੇ ਪਛੜਨ ਦਾ ਔਰ ਅੰਗਰੇਜ਼ੀ ਦੇ ਹਿੰਦੀ ਦੇ ਥਾਂ ਲੈਣ ਦਾ, ਉਹ ਕੋਈ ਹਿੰਦੂਵਾਦ ਸਿੱਖਵਾਦ ਕੁਛ ਨਹੀਂ ਹੈ। ਇੱਕੋ ਇੱਕ ਕਾਰਨ ਹੈ ਵੀ ਜਿਹੜੇ ਰੁਜ਼ਗਾਰ ਹੈ ਉਹਦੇ 'ਚ ਕਿਹਦੇ ਸਾਧਨ, ਕੌਣ ਕਿਹੜੀ ਭਾਸ਼ਾ ਵੱਧ ਰੁਜ਼ਗਾਰ ਉਪਲਬਧ ਕਰਾਉਂਦੀ ਹੈ? ਸਾਨੂੰ ਪਤਾ ਅੰਗਰੇਜ਼ੀ ਹੈ, ਅੰਤਰਰਾਸ਼ਟਰੀ ਭਾਸ਼ਾ ਹੈ, ਤੁਹਾਨੂੰ ਇੱਥੇ ਆ ਕੇ ਅੰਗਰੇਜ਼ੀ ਸਿੱਖਣੀ ਹੋਈ ਪੈਣੀ ਹੈ ਜਾਂ ਸਿੱਖ ਕੇ ਆਉਣੀ ਹੈ, ਇਸ ਲਈ ਅੰਗਰੇਜ਼ੀ ਪਿਆਰੀ ਜਾਂਦੀ ਹੈ। ਦੂਜੇ ਪਾਸੇ ਜਿਹੜੇ ਹਿੰਦੀ ਹੈ ਉਹ ਕਿਉਂਕਿ ਹਿੰਦੁਸਤਾਨ ਤੁਹਾਨੂੰ ਰੁਜ਼ਗਾਰ ਦਵਾਉਂਦੀ ਹੈ, ਇਸ ਲਈ ਦੂਜਾ ਥਾਂ ਹਿੰਦੀ ਦਾ ਪੰਜਾਬ ਦੇ ਵਿੱਚ। ਪੰਜਾਬੀ ਦੀ ਜਦੋਂ ਸਰਕਾਰ ਹੈ ਇਹੀ ਰੁਜ਼ਗਾਰ ਨਹੀਂ ਦਿੰਦੀ, ਫਿਰ ਤੁਹਾਡਾ ਪਰਿਵਾਰ ਕਿਉਂ ਪੜ੍ਹੇ ਪੰਜਾਬੀ? ਕਿਉਂ ਬੱਚਿਆਂ ਨੂੰ ਅਸੀਂ ਪੰਜਾਬੀ ਪੜ੍ਹਾਈਏ, ਅੰਗਰੇਜ਼ੀ ਕਿਉਂ ਨਾ ਪੜ੍ਹਾਈਏ, ਹਿੰਦੀ ਕਿਉਂ ਨਾ ਪੜ੍ਹਾਈਏ? ਇਹ ਸਵਾਲ ਹੈ ਜਿਹੜੇ ਤੁਸੀਂ ਪੁੱਛਣੇ ਹੈ ਅੱਗੇ ਤੋਂ ਸਾਡੇ ਆ
ਜਿਹੜੀਆਂ ਵੱਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਆ ਸਾਡੇ ਸਾਹਿਤਕਾਰ ਵਿਦਵਾਨ ਦੋਸਤ, ਉਹਨਾਂ ਨੂੰ ਪੁੱਛੋ ਵੀ ਤੁਹਾਡੀਆਂ ਕਵਿਤਾਵਾਂ ਸੁਣ ਕੇ ਕੀ ਹੋਊਗਾ, ਤੁਸੀਂ ਅਸਲੀ ਸੰਘਰਸ਼ ਹੈ ਜਿਹੜਾ ਉਹ ਕਿਉਂ ਨਹੀਂ ਲੜਦੇ। ਹੁਣ ਜਿਹੜੇ ਅਸੀਂ ਪ੍ਰਸ਼ਨ ਉਠਾਏ ਸੀ ਮੈਂ ਵੀ ਕੀ ਇਹ ਕਾਨੂੰਨ ਕਮਜ਼ੋਰ ਹੈ, ਕੀ ਇਹਦੀਆਂ ਸਰਕਾਰਾਂ ਕਮਜ਼ੋਰ ਨੇ, ਜਾਂ ਲੋਕ ਕਮਜ਼ੋਰ ਹੈ, ਜਾਂ ਸਾਡੇ ਵਿਦੇਸ਼ੀ ਹੈ ਜਿਹੜੇ ਤੁਹਾਡੇ ਵਰਗੇ ਮਿੱਤਰ ਹੈ ਉਹ ਅਵੇਸਲੇ ਹੋ ਗਏ ਹੈ, ਉਹ ਆਪਣੀ ਮਾਂ ਬੋਲੀ ਨੂੰ ਭੁੱਲ ਗਏ, ਤਾਂ ਦੱਸੋ ਵੀ ਸਾਡਾ ਕੀ ਕਾਨੂੰਨ ਕਮਜ਼ੋਰ ਹੈ? ਕਾਨੂੰਨ ਦੇ ਵਿੱਚ ਦੇਖਦੇ ਆਪਾਂ ਕੋਈ ਕਮਜ਼ੋਰੀ ਨਹੀਂ, ਵਿਵਸਥਾ ਕੀਤੀ ਹੋਈ ਹੈ, ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਲਈ। ਸਰਕਾਰ ਵੀ ਇੱਕ ਨਹੀਂ, 1967 ਤੋਂ ਲੈ ਕੇ ਜਦੋਂ ਦਾ ਕਾਨੂੰਨ ਬਣੇ ਔਰ ਇੱਕ ਸਾਲ ਪਹਿਲਾਂ ਸੂਬਾ ਬਣਿਆ, 50 ਸਾਲ ਤੋਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਵੀ ਇਹਦੀ ਸੁਧ ਨਹੀਂ ਲਈ, ਪੰਜਾਬੀ ਦੀ ਇੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ, ਰੁਜ਼ਗਾਰ ਲਈ ਮੌਕੇ ਉਪਲਬਧ ਨਹੀਂ ਕਰਾਏ। ਅਤੇ ਇਸ ਲਈ ਸਰਕਾਰਾਂ ਜ਼ਿੰਮੇਵਾਰ ਹੈ। ਕਾਨੂੰਨ ਠੀਕ ਹੈ, ਸਰਕਾਰਾਂ ਨੂੰ ਪ੍ਰੈਸ਼ਰ ਕੌਣ ਪਾ ਸਕਦਾ ਹੈ? ਉਹਨਾਂ ਦੇ ਬੋਰਡਰ, ਕਿਸੇ ਪੰਜਾਬੀ ਨੇ, ਚਾਹੇ ਉਹ ਯੂਨੀਵਰਸਿਟੀਆਂ ਨੇ, ਚਾਹੇ ਉਹ ਸਾਹਿਤਕ ਸਾਡੇ ਅਦਾਰੇ ਨੇ, ਚਾਹੇ ਵਿਦਵਾਨ ਨੇ, ਚਾਹੇ ਤੁਹਾਡੀਆਂ ਧਾਰਮਿਕ ਸੰਸਥਾਵਾਂ ਹਨ, ਕਿਸੇ ਵੀ ਅਦਾਰੇ ਨੇ, ਸੰਸਥਾ ਨੇ ਪੰਜਾਬੀ ਦੀ ਕਦੇ ਵੀ ਡੱਟ ਕੇ ਆਵਾਜ਼ ਨਹੀਂ ਉਠਾਈ। ਕਿੰਨੀ ਕੁ ਆਵਾਜ਼ ਉਠਾਈ ਹੈ? ਵੱਧ ਤੋਂ ਵੱਧ ਚਲੋ ਚੰਡੀਗੜ੍ਹ ਧਰਨਾ ਮਾਰੀਏ, ਪਤਾ ਹੈ ਉੱਥੇ ਵੀ ਅੱਧੇ ਘੰਟੇ ਨੂੰ ਸਾਨੂੰ ਛੱਡ ਦੇਣਾ, ਗ੍ਰਿਫਤਾਰੀਆਂ ਦੇਈਏ। ਮੈਂ ਕਈ ਵਾਰ ਥਾਣਿਆਂ ਨੂੰ, ਥਾਣੇ ਵਾਲਿਆਂ ਨੂੰ ਉੱਥੇ ਕਿਹਾ ਵੀ 4 ਕੁ ਦਿਨ ਇਹਨਾਂ ਨੂੰ ਅੰਦਰ ਤਾਂ ਰੱਖੋ, ਫਿਰ ਪਤਾ ਲੱਗੂਗਾ ਵੀ ਇਹ ਬਾਕੀ ਮਾਂ ਦੇ ਪੁੱਤ ਨੇ ਕਿ ਉੱਥੋਂ, ਪਤਾ ਹੈ ਵੀ 4 ਘੰਟੇ ਨੂੰ ਛੱਡ ਦੇਣਾ। ਉਹ ਧਰਨੇ ਫਾਰਮੈਲਿਟੀ, ਅਖਬਾਰੀ ਖਬਰਾਂ ਬੰਨਣਾ, ਫੋਟੋਆਂ ਛਪਾਉਣਾ ਅਤੇ ਫਿਰ ਤੁਹਾਡੇ ਕੋਲ ਇੱਥੇ ਆ ਕੇ ਮੌਜਾਂ ਕਰਨੀਆਂ, ਦਾਅਵੇ ਕਰਨੇ ਵੀ ਅਸੀਂ ਜਿਹੜੇ ਪੰਜਾਬੀ ਲਈ ਕੰਮ ਕਰ ਰਹੇ ਹਾਂ, ਕੋਈ ਨਹੀਂ ਕਰ ਰਿਹਾ। ਅਸੀਂ ਜਿਹੜੇ ਲੋਕ ਹੈ, ਮੈਂ ਇੱਥੇ ਦੇਖਿਆ 6 ਦਿਨਾਂ 'ਚ ਸਾਰੀ ਕਰੀਮ ਇੱਥੇ ਆ ਗਈ ਪੰਜਾਬ ਦੀ। ਅਸੀਂ ਅਦਾਰਿਆਂ ਨੂੰ ਮਿਲਦੇ ਹਾਂ, ਮੀਡੀਆ 'ਚ ਮਿਲਦੇ ਹਾਂ ਤਾਂ ਕਰੀਮ ਇੱਥੇ ਬੈਠੀ ਹੈ, ਵਪਾਰ 'ਚ ਮਿਲਦੇ ਹਾਂ ਤਾਂ ਕਰੀਮ ਇੱਥੇ ਆ ਗਈ, ਧਾਰਮਿਕ ਸਥਾਨਾਂ 'ਤੇ ਵੀ ਦੇਖਿਆ ਤਾਂ ਸਾਰੇ ਪੜ੍ਹੇ ਲਿਖੇ ਵਿਦਵਾਨ ਹੈ ਜਿਹੜੇ ਇੱਥੇ ਆ ਗਏ। ਮੈਨੂੰ ਤਾਂ ਲੱਗਿਆ ਵੀ ਉੱਥੇ ਤਾਂ ਲੱਸੀ ਰਹੇਗੀ ਹੁਣ ਪੰਜਾਬ 'ਚ। ਸਹੀ ਕਹਿ ਰਿਹਾ ਮੈਂ ਇੱਥੇ 6 ਦਿਨਾਂ 'ਚ ਮਹਿਸੂਸ ਕੀਤਾ ਵੀ ਲੱਸੀ ਨੇ ਫਿਰ ਕੀ ਕਰਨਾ, ਹਾਂ ਕੜੀ ਵੀ ਨਹੀਂ ਬਣਨ ਵਾਲੀ ਉਹ ਲੱਸੀ, ਭੁਲੇਖਾ ਪਾਉਂਦੀ ਹੈ ਵੀ ਇਹ ਕੜੀ ਬਣਾਉਣ ਵਾਲੀ ਲੱਸੀ ਆ, ਉਹ ਵੀ ਪਤਲੀ ਲੱਸੀ ਹੈ ਇੰਨੀ। ਤਾਂ ਤੁਸੀਂ ਲੋਕ ਹੋ ਜਿਹੜੇ ਇੱਥੇ ਬੈਠੇ ਹੋ, ਤੁਸੀਂ ਜਿਹੜੇ ਜਾਗਰਤੀ ਜਿਹੜੀ ਹੈ ਉਹ ਕਰਨੀ ਹੈ। ਤੁਸੀਂ ਵੱਡੇ ਪੁੱਤ ਹੋ, ਮਾਂ ਦੇ ਅਮੀਰ ਵੀ ਹੋ, ਤੁਹਾਡੀ ਗੱਲ ਸੁਣੀ ਵੀ ਜਾਂਦੀ ਹੈ, ਤੁਹਾਡੇ ਕੋਲ ਸਾਧਨ ਵੀ ਨੇ। ਤਾਂ ਮੈਂ ਅੱਜ ਇੰਨੀਆਂ ਗੱਲਾਂ ਕਰਕੇ ਤੁਹਾਡੇ ਕੋਲੋਂ, ਜਿਹਨਾਂ ਨੂੰ ਮੈਂ ਪੰਜਾਬੀ ਮਾਂ ਦੇ ਵੱਡੇ ਪੁੱਤ ਕਹਿੰਦਾ, ਉਹਨਾਂ ਤੋਂ ਮੈਂ ਆਹਵਾਨ ਕਰਦਾ ਹੈ, ਤੁਹਾਡੇ ਤੋਂ ਆਸ ਕਰਦਾ ਵੀ ਤੁਸੀਂ, ਤੁਹਾਡੇ 'ਤੇ ਇੱਕ ਦੋਸ਼ ਲੱਗਦਾ ਵੀ ਤੁਸੀਂ ਜਦੋਂ ਮਾਂ ਪਿਓ ਆ ਜਿਹੜੇ ਉੱਧਰ ਛੱਡੇ ਆਉਂਦੇ ਹੋ, ਇੱਥੇ ਆ ਕੇ ਭੁੱਲ ਜਾਂਦੇ ਹੋ, ਤਾਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਘੱਟੋ ਘੱਟ, ਇਹਦੇ ਲਈ ਕੋਈ ਯਤਨ ਕਰੋ। ਤੁਹਾਡੀ ਆਖੀ ਗੱਲ ਹੈ ਜਿਹੜੀ ਉਹ ਪੰਜਾਬ ਦੇ ਕੰਨਾਂ ਦੇ ਵਿੱਚ ਪੈਗੀ, ਪੈ ਰਹੀ ਹੈ। ਉੱਥੋਂ ਮੈਨੂੰ ਫੋਨ ਆਉਂਦੇ ਹੁਣ ਪੰਜਾਬ 'ਚੋਂ, ਕਿੱਥੇ ਫਿਰਦਾ, ਕੀ ਕਰਦਾ ਫਿਰਦਾ, ਇੰਨਾ ਤੁਸੀਂ 6 ਦਿਨਾਂ 'ਚ ਮੀਡੀਏ ਨੇ ਇੰਨੀ ਇਹਦਾ ਪ੍ਰਚਾਰ ਕੀਤਾ, ਭਾਸ਼ਾ ਦੀ ਗੱਲ ਕੀਤੀ ਹੈ ਵੀ ਪੰਜਾਬ ਤੱਕ ਕੰਨ ਖੜਕ ਗਏ, ਇਹਨਾਂ ਨੂੰ ਖੜਕਾਓ। ਔਰ ਇੱਕ ਵੱਡੀ ਗੱਲ ਇਸ ਕਨਵੈਨਸ਼ਨ ਦੀ ਜਿਹੜੀ ਤੁਹਾਡੇ ਮੀਡੀਆ ਵਾਲਿਆਂ ਨੇ ਵੀ ਵਾਰ ਵਾਰ ਪੁੱਛੀ, ਕਿਉਂਕਿ ਉਹਨਾਂ 'ਚ ਵੀ ਮਨਾਂ 'ਚ ਪ੍ਰਸ਼ਨ ਆਏ
ਵੀ ਤੁਸੀਂ ਕੀ ਕਰੋਗੇ ਫਿਰ, ਇਹਦੇ 'ਤੇ ਹੋਰਾਂ 'ਚ ਕੀ ਫਰਕ ਹੈ? ਉਹਨਾਂ ਨੇ ਕੋਈ ਮੀਡੀਆ ਵੀ ਦੇਖਦਾ ਵੀ ਰੋਜ਼ ਹੁੰਦੀਆਂ ਨੇ, ਆਉਂਦੇ ਆ ਜਾਂਦੇ ਆ ਸਾਡੇ ਬਗਲੇ, ਕਈਆਂ ਨੇ ਮੈਨੂੰ ਕਿਹਾ ਵੀ ਇੱਥੇ ਖੁੰਭਾਂ ਵਾਂਗ ਉੱਗੇ ਹੋਏ ਹੋਣਗੇ ਕਿਉਂਕਿ ਛੁੱਟੀਆਂ ਚੱਲਦੀਆਂ ਪੰਜਾਬ 'ਚ, ਆਉਣਗੇ ਛੁੱਟੀਆਂ ਮਨਾਉਣਗੇ। ਤਾਂ ਮੀਡੀਆ ਨੇ ਜਦੋਂ ਇਹ ਸਵਾਲ ਪੁੱਛਿਆ ਤਾਂ ਅਸੀਂ ਵੀ, ਮੈਂ ਵੀ ਸੋਚਿਆ ਅਤੇ ਅਸੀਂ ਪਹਿਲਾਂ ਵੀ ਵਿਚਾਰਾਂ ਕੀਤੀਆਂ ਇਸ ਦੀ ਕੀ ਵਿਲੱਖਣਤਾ ਇਸ ਸੰਮੇਲਨ ਦੀ। ਪਹਿਲੀ ਤਾਂ ਇਹ ਹੈ ਵੀ ਇਸ ਦੇ ਜਿਹੜੇ ਪ੍ਰਬੰਧਕ ਨੇ, ਜਿਹੜੇ ਮੈਂ ਮਹਿਸੂਸ ਕੀਤਾ, ਬਾਕੀ ਤੁਸੀਂ ਜ਼ਿਆਦਾ ਜਾਣਦੇ ਹੋ, ਉਹ ਦਿਲੋਂ ਜਿਹੜੇ ਹੈਗੇ ਆ ਪੰਜਾਬੀ ਮਾਂ ਦੀ, ਜਿਹੜੇ ਪੁੱਤ ਨੇ, ਵੱਡੇ ਪੁੱਤ ਨੇ, ਅਮੀਰ ਪੁੱਤ ਨੇ, ਦਿਲੋਂ ਲੱਗੇ ਹੋਏ ਆ। ਕੋਈ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਪ੍ਰਸਿੱਧੀ ਨਹੀਂ ਲੈਣੀ, ਕੋਈ ਪੋਲੀਟੀਕਲ ਇਲੈਕਸ਼ਨ ਨਹੀਂ ਲੜਨਾ, ਦਿਲੋਂ ਲੱਗੇ ਆ। ਮਹਿਸੂਸ ਹੋਇਆ ਵੀ ਪੰਜਾਬੀ ਮਾਂ ਸਾਡੀ ਸਿਸਕੀਆਂ ਲੈਂਦੀ ਆ ਪੰਜਾਬ 'ਚ ਬੈਠੀ, ਮਰਨ ਕਿਨਾਰੇ ਆ, ਡੈਥ ਬੈੱਡ 'ਤੇ ਪਈ ਹੈ, ਉਹਨੂੰ ਬਚਾਈਏ। ਦੂਜਾ, ਇਹ ਸੰਸਥਾ ਨੇ ਕੇਵਲ ਭਾਸ਼ਾ ਦੇ ਉੱਤੇ ਗੱਲ ਕੀਤੀ ਹੈ, ਸਾਰਾ ਜਿਹੜਾ ਕੇਂਦਰਿਤ ਕੀਤਾ ਭਾਸ਼ਾ 'ਤੇ ਕੀਤਾ। ਜਿਹੜਾ ਇਹ ਧੱਬਾ ਹੈ ਵੀ ਇਹ ਕਿਸੇ ਇੱਕ ਵਰਗ ਨਾਲ ਸੰਬੰਧਿਤ ਹੈ, ਇਹਨੂੰ ਤੋੜੇ ਹੈ। ਮੈਂ ਬੈਠਾ, ਮੈਂ ਹਿੰਦੂ ਨਹੀਂ ਕਹਿੰਦਾ ਕਦੇ ਵੀ ਆਪਣੇ ਆਪ ਨੂੰ, ਪਰ ਨੌਨ ਸਿੱਖ ਜ਼ਰੂਰ ਹੈ। ਹੁਣ ਆਪਾਂ ਪਾਕਿਸਤਾਨ ਦੇ ਆਤਮਾ ਕਾਦਰੀ ਨੂੰ ਸੁਣਿਆ, ਸਿੱਖ ਰਿਪ੍ਰੈਜੈਂਟੇਟਿਵ ਬੈਠੇ ਆ, ਪਾਕਿਸਤਾਨ ਤੋਂ ਆਏ ਹੋਏ ਆ, USA ਤੋਂ ਆਏ ਹੋਏ ਆ, ਸਾਰੇ ਜਿੱਥੇ ਪੰਜਾਬੀ ਬੋਲਦੇ ਆ, ਉਹ ਇਹਨਾਂ ਦੀ ਖਾਸੀਅਤ ਹੈ। ਇਹਨਾਂ ਨੇ ਪੰਜਾਬੀ ਨੂੰ ਸਾਰੇ ਪੰਜਾਬੀਆਂ ਦੀ ਭਾਸ਼ਾ ਮੰਨ ਕੇ ਇਹ ਜਿਹੜਾ ਸੰਮੇਲਨ ਹੈ ਕੀਤਾ। ਅਤੇ ਤੀਜਾ, ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਜੋ ਕਰਦਾ ਉੱਥੇ, ਅਸੀਂ ਵੀ, ਮੈਂ ਉੱਥੇ ਕਾਫੀ ਹੋਰ ਇਹੀ ਗੱਲਾਂ ਉੱਥੇ ਸਮਝਾਈਆਂ, ਉਹਨਾਂ ਨੇ ਮੰਨ ਲਿਆ ਵੀ ਵਾਕਈ ਪੰਜਾਬੀ ਨੂੰ ਬਚਾਉਣਾ। ਤਾਂ ਉਹ ਪੈਰਵਾਈ ਕਰਦੇ ਅੱਗੇ, ਜਿਹਨੂੰ ਅੰਗਰੇਜ਼ੀ ਅਦਾਲਤੀ ਭਾਸ਼ਾ 'ਚ ਕਹਿੰਦੇ ਆ, ਤਾਂ ਇਹਨਾਂ ਨੇ ਫੈਸਲਾ ਕੀਤਾ ਹੋਇਆ ਵੀ ਅਸੀਂ ਅੱਜ ਹੀ ਸਮਾਗਮ ਕਰਨ ਤੋਂ ਬਾਅਦ ਸੌਂ ਨਹੀਂ ਜਾਣਾ, ਹੋਰ ਜਾਗਣਾ, ਸਾਰੇ ਜਿਹੜੇ ਮਤੇ ਆ ਤਾਂ ਸਾਰੀਆਂ ਜਿਹੜੀਆਂ ਐਸੋਸੀਏਸ਼ਨ ਆਏ ਆ ਉਹਨਾਂ ਨੂੰ ਇਕੱਠੇ ਕਰਕੇ ਜਿੱਥੇ ਜਿੱਥੇ ਗੱਲ ਬਣੂਗੀ ਉਹਦੀ ਪੈਰਵਾਈ ਆਖਰੀ ਦਿਨ ਤੱਕ, ਉਹਨੋਂ ਤੱਕ ਜਦੋਂ ਤੱਕ ਇਹ ਲਾਗੂ ਨਹੀਂ ਹੋ ਜਾਂਦੇ ਮਤੇ, ਇਹ ਜਿਹੜੇ ਕੰਮ ਅਸੀਂ ਲੰਬੇ ਆ ਪੂਰੇ ਨਹੀਂ ਹੋ ਜਾਂਦੇ, ਅਸੀਂ ਸੌਣਾ ਨਹੀਂ ਅਤੇ ਸਾਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਜਗਾਉਣਾ। ਇਹ ਜਿਹੜਾ ਹੈਗਾ ਹੁੰਗਾਰਾ, ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਹੈ ਔਰ ਸਾਨੂੰ ਉਤਸ਼ਾਹਿਤ ਕੀਤਾ। ਮੈਂ ਔਰ ਮੇਰੀ ਵਾਈਫ ਦੋਨੋਂ ਹੀ ਢਿੱਲੇ ਡਾਕਟਰ, ਕਦੇ ਕਹਿੰਦੇ ਸੀ ਜਾਇਓ ਕਨੇਡਾ ਦੇਖਿਓ ਉੱਥੇ ਠੀਕ ਹੋ ਜਾਓਗੇ, ਕਦੇ ਕਹਿੰਦੇ ਸੀ ਨਹੀਂ ਜਾਓ ਤੁਸੀਂ ਕੀ ਦੇਖੋਗੇ ਵੀ ਤੁਹਾਡੇ, ਸਾਨੂੰ ਦੋਨਾਂ ਨੂੰ ਸਪੈਨ ਦੀ ਪ੍ਰੋਬਲਮ ਹੈ, ਪਰ ਅਸੀਂ ਆਏ ਵੀ ਨਾ ਅਸੀਂ ਘਰੋਂ ਮੁੜੇ ਆਵਾਂਗੇ, ਲੱਗਦਾ ਇਹੀ ਹੈ ਵੀ ਜਿਵੇਂ ਕਹਿੰਦੇ ਆ ਨਾ ਦਿੱਲੀ ਗਿਆ ਬੰਦਾ ਪੱਠ ਝੋਕ ਕੇ ਮੁੜਿਆ ਆ, ਸਾਨੂੰ ਵੀ ਲੱਗਦਾ ਵੀ ਅਸੀਂ ਟੰਗਾ ਵਹਾਂ ਦੇ ਕਰਕੇ ਪੱਠ ਝੋਕ ਕੇ ਮੁੜ ਜਾਵਾਂਗੇ, ਪਰ ਪੰਜਾਬੀ ਲਈ ਕੁਛ ਕਰਕੇ ਜਾਵਾਂਗੇ। ਇਹ ਸੰਸਥਾ ਨੇ ਸਾਨੂੰ ਬਹੁਤ ਹੌਸਲਾ ਦਿੱਤਾ, ਪੰਜਾਬੀ ਦੇ ਮਾਂ ਪੁੱਤੋਂ ਵੱਡੇ ਪੁੱਤੋਂ, ਤਾਂ ਸਾਡਾ ਮੈਂ ਬਸ ਇਹੀ ਬੇਨਤੀ ਹੈ ਵੀ ਆਓ, ਕੁਛ ਵੀ ਨਹੀਂ ਕਰਨ ਵਾਲਾ ਤੁਸੀਂ। ਉਹ ਦੇਖਦੇ ਹੋ ਇਸ ਟਾਈਮ ਪੰਜਾਬ ਸਰਕਾਰ ਕਮਜ਼ੋਰ ਹੈ ਕਿਉਂਕਿ ਕੇਂਦਰ ਸਰਕਾਰ ਡਰੀ ਵੀ ਹੈ ਕਿ ਸਾਰੀਆਂ ਸਟੇਟਾਂ ਤੋਂ ਸਫਾਇਆ ਹੁੰਦਾ, ਜਿੱਥੇ ਇੱਕ ਅੱਧੀਆ ਕੰਮ ਕਰੋ ਅੰਦਰੋਂ ਖਤਰਾ ਹੈ, ਸਿੱਧੂ ਵਰਗਿਆਂ ਤੋਂ ਕੈਪਟਨ ਬੜਾ ਡਰਿਆ ਹੋਇਆ, ਕੋਈ ਵੀ ਮਾੜੀ ਜਿਹੀ ਗੱਲ ਹੁੰਦੀ ਹੈ ਐਜੂਕੇਸ਼ਨ ਅਸੀਂ ਪੰਜਾਬ 'ਚੋਂ ਹੈ ਉਹਦੇ ਫੈਸਲਾ ਬਦਲ ਦਿੰਦਾ। ਇਹਦਾ ਆਹ ਤਾਂ ਮਾਂ ਬੋਲੀ ਹੈ ਇਹਦੇ ਲਈ, ਹੁਣ ਕੋਈ ਕਿਤੇ ਕੋਈ ਵਿਰੋਧ ਨਹੀਂ ਹੈ, ਇਹ ਭੁਲੇਖਾ ਇਹ ਤੁਸੀਂ ਕੱਢਣਾ ਵੀ ਦੱਸੋ ਸਾਨੂੰ ਕਿਹੜਾ ਵਿਰੋਧ ਕਰਦਾ, ਦੁਬਾਰਾ ਆਪਾਂ ਉਹਨਾਂ ਲੋਕਾਂ ਨੂੰ ਨੰਗੇ ਕਰੀਏ ਜਿਹੜੇ ਪੰਜਾਬੀ ਦਾ ਵਿਰੋਧ ਕਰਦੇ ਆ। ਇੰਨੀ ਗੱਲ ਕਹਿ ਕੇ ਮੈਂ ਆਪਣੀ ਗੱਲ ਸਮਾਪਤ ਕਰਦਾ, ਬਹੁਤ ਬਹੁਤ ਧੰਨਵਾਦ।